ਗੁਰੂ ਵਾਹਿਗੁਰੂ 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 ਬੰਧਨ ਅਨਕਬਾਰ ਹੱਥ ਜੋੜੋ ਜੀ ਸਾਰੇ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਨਵਾਓ ਡੰਡੋਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ
ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭੇ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਨਾਨਕ ਬੋਲੈ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਆਓ ਇੱਥੇ ਆਪ ਜੀ ਨੇ ਭਾਈ ਸਾਹਿਬ ਕੋਲੋਂ ਰੱਬੀ ਬਾਣੀ ਦਾ ਕੀਰਤਨ ਸੁਣਿਆ ਸ਼ਬਦ ਦੇ ਬੋਲ ਸੀ ਜਨ ਨਾਨਕ ਕੋ ਗੁਰ ਕਿਰਪਾ ਜਪ ਹਰ ਹਰੀ ਦਾ ਸਿਮਰਨ ਕਰੇਗਾ ਜਪੇਗਾ ਤੇ ਭਵ ਜਲ ਤੋਂ ਤਰ ਜਾਏਗਾ ਆਖੋ ਵਾਹਿਗੁਰੂ ਭਵ ਜਲ ਤੋਂ ਤਰ ਜਾਏਗਾ ਇੱਕ ਮਿੰਟ ਲਈ ਆਪ ਜੀ ਨੂੰ ਖਿਲਾਰੂੰਗਾ ਵੀ ਭਵ ਜਲ ਦਾ ਅਰਥ ਕੀ ਹੈ ਕੀ ਅਸੀਂ ਫੋਟੋ ਬਣਾਈ ਭਵ ਜਲ ਦੀ ਲਸਾਲ ਵੱਲੋਂ ਆਈਏ ਤੇ ਇਹ ਜਿਹੜਾ ਇੰਨਾ ਪਾਣੀ ਆ ਜਿਹਦੇ ਉੱਤੋਂ ਦੀ ਆਪਾਂ ਲੰਘ ਕੇ ਆਏ ਕੋਈ ਇਹੋ ਜਿਹੀ ਫੋਟੋ ਬਣਾਈ ਭਾਵ ਸ਼ਬਦ ਸ਼ਬਦ ਬੋਲੋ ਭਾਵਨਾ ਜਿਹੜੀ ਹੁੰਦੀ ਇਹ ਵੀ ਇੱਕ ਜਲ ਹੈ ਇੱਕ ਭਾਵਨਾ ਦਾ ਜਲ ਪਾਰ ਕੀਤਾ ਤੇ ਦੂਸਰੀ ਭਾਵਨਾ ਖੜੀ ਹੋ ਗਈ ਇਹਨੂੰ ਕਹਿੰਦੇ ਭਾਵ ਜਲ ਭਾਵਨਾਵਾਂ ਦਾ ਜਲ ਇੱਕ ਪੂਰੀ ਹੋ ਗਈ ਦੂਸਰੀ ਖੜੀ ਹੋ ਗਈ ਕੁਝ ਸੋਚਦੇ ਹੋ ਕਦੀ ਜਿੱਥੇ ਇਸ ਗੱਲ ਨੂੰ ਵੀ ਅਸੀਂ ਸੋਚਦੇ ਹਾਂ ਵੀ ਮੇਰਾ ਘਰ ਬਣ ਜਾਏ ਆਖੋ ਵਾਹਿਗੁਰੂ ਘਰ ਵਾਲੀ ਭਾਵਨਾ ਪੂਰੀ ਹੋ ਗਈ ਮੇਰੀ ਬਣੀ ਸੀ ਵੀ ਮੇਰਾ ਘਰ ਬਣ ਜਾਏ ਹੁਣ ਉੱਥੇ ਖਲੋਤਾ ਨਹੀਂ ਜਾ ਕੇ ਦੂਸਰੀ ਭਾਵਨਾ ਨੇ ਜਨਮ ਲੈ ਲਿਆ ਵੀ ਇਹਦੇ 'ਚ ਫਰਨੀਚਰ ਕਿਹੜਾ ਰੱਖਣਾ ਹੈ ਇੱਕ ਪੁੱਤਰ ਪੈਦਾ ਹੋਇਆ ਦੂਸਰੀ ਭਾਵਨਾ ਪੈਦਾ ਹੋ ਗਈ ਇੱਕ ਬੱਚਾ ਹੋਰ ਹੋਵੇ ਜੋੜੀ ਬਣ ਜਾਏ ਕੋਈ ਵੀ ਪਾਸਾ ਹੈ ਉੱਥੇ ਲੈ ਕੇ ਵੇਖੋਗੇ ਤੁਸੀਂ ਭਾਵਨਾ ਮੁੱਕਦੀਆਂ ਨਹੀਂ ਮੇਰਾ ਗੁਰੂ ਰਾਮਦਾਸ ਪਾਤਸ਼ਾਹ ਜੀਵ ਆਤਮਾ ਨੂੰ ਕਹਿੰਦੇ ਵੀ ਮੈਨੂੰ ਤੇ ਪਰਮੇਸ਼ੁਰ ਨੇ ਇਹ ਮੱਤ ਦਿੱਤੀ ਜਨ ਨਾਨਕ ਕੋ ਗੁਰ ਇਹ ਮੱਤ ਦੀਨੀ ਬੋਲੋ ਬੋਲਾ ਜਰਾ ਟਿਕ ਕੇ ਬੋਲੋਗੇ ਤੇ ਤੁਹਾਡੇ ਲਈ ਵੀ ਦਵਾਈ ਤੇ ਮੇਰੇ ਲਈ ਵੀ ਦਵਾਈ ਬਣ ਜਾਓ ਇਹ ਬਾਣੀ ਦਵਾਈ ਆ ਦੁੱਖ ਰੋਗ ਉਤਰੇ ਜਦੋਂ ਬਾਣੀ ਨੂੰ ਪੜੋਗੇ ਸੁਣੋਗੇ ਸੱਚਮੁੱਚ ਇਹ ਦਵਾਈ ਆ ਇਹ ਬਾਣੀ ਜੀਵਨ ਦੀ ਦਵਾਈ ਆ ਬਿਮਾਰ ਆਤਮਾ ਦੀ ਦਵਾਈ ਆ ਪਵਜਲ ਦੇ ਚੱਕਰਾਂ ਚੋਂ ਕੱਢਣ ਵਾਲੀ ਦਵਾਈ ਹੈ ਧਿਆਨ ਨਾਲ ਸੁਣੋ ਜਨ ਨਾਨਕ ਕੋ ਗੁਰ ਕਿਰਪਾ ਕਿੰਨੀ
ਮੇਰੇ ਜਨਮੇ ਨੇ ਸੇਵਕ, ਆਪਣੇ ਆਪ ਨੂੰ ਗੁਰੂ ਨਹੀਂ ਕਹਿ ਰਹੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ, ਕਹਿੰਦੇ ਸੇਵਕ ਨਾਨਕ ਦੇ ਉੱਤੇ ਮੇਰੇ ਗੁਰੂ ਨੇ ਕਿਰਪਾ ਕੀਤੀ ਹੈ ਅਤੇ ਮੈਨੂੰ ਦੱਸ ਦਿੱਤਾ ਹੈ ਭਵਜਲ ਦੇ ਪਾਣੀ ਚੋਂ ਬਾਹਰ ਕਿਸ ਤਰ੍ਹਾਂ ਆਉਣਾ ਹੈ। ਆਖੋ ਵਾਹਿਗੁਰੂ। ਇੱਕ ਤਾਂ ਸਰਕਾਰ ਨੇ ਸਿੱਧਾ ਨਾਲ ਗੱਲ ਕਰਦਿਆਂ ਕਿਹਾ ਭਵਜਲ, ਬੋਲੋ ਨਾਲ ਨਾਲ ਬੋਲੋਗੇ ਤੇ ਤੁਸੀਂ ਇਹ ਗੱਲ ਤੇ ਤੁਸੀਂ ਪੜ੍ਹੇ ਲਿਖੇ ਹੋ, ਸਮਝਦੇ ਹੋ ਨਾ, ਜਦੋਂ ਬੰਦਾ ਬੋਲਦਾ ਉਦੋਂ ਇੱਥੇ ਹੁੰਦਾ, ਹਾਜ਼ਰ ਹੋ ਕੀ ਕਿਹਾ ਮੈਂ ਭਲਾ, ਜਦੋਂ ਤੁਸੀਂ ਮੇਰੇ ਨਾਲ ਮੂੰਹ ਤੋਂ ਬੋਲਦੇ ਹੋ ਤੇ ਸਮਝ ਲਓ ਸਰੀਰ ਕਰਕੇ ਵੀ ਇੱਥੇ ਹੋ ਤੇ ਸੁਰਤ ਕਰਕੇ, ਮਨ ਦਾ ਨਹੀਂ ਇੱਥੇ ਗਿਆ, ਸੁਰਤ ਕਰਕੇ ਵੀ ਇੱਥੇ ਹੋ। ਦੋਵਾਂ ਦੀ ਗੇਮ ਹੈ, ਸ਼ਬਦ ਦੀ ਤੇ ਸੁਰਤ ਦੀ। ਅਕਸਰ ਅਸੀਂ ਸੁਰਤ ਕਰਕੇ ਗੈਰ ਹਾਜ਼ਰ ਹੁੰਦੇ ਹਾਂ, ਸਰੀਰ ਇੱਥੇ ਹੁੰਦਾ ਹੈ, ਸੁਰਤ ਕਰਕੇ ਅਸੀਂ ਇੱਥੇ ਨਹੀਂ। ਆਖੋ ਵਾਹਿਗੁਰੂ। ਭਵਜਲ ਮੇਰਾ ਬਾਬਾ ਕਹਿੰਦਾ ਬਿਨ ਸ਼ਬਦੇ ਕਿਉਂ ਤਰੀਏ, ਪਤਾ ਲੱਗ ਗਿਆ। ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਕਹਿੰਦੇ ਜਿੰਨਾ ਚਿਰ ਸ਼ਬਦ ਦੀ ਕਮਾਈ ਨਹੀਂ ਉਹਨਾਂ ਚਿਰ ਭਾਵਨਾਵਾਂ ਦੇ ਜਲ 'ਚ ਡੁੱਬਦੇ ਰਹੋਗੇ, ਡੁੱਬਦੇ ਰਹੋਗੇ, ਇੱਕ 'ਚ ਉਤਰੋਗੇ ਦੂਸਰੇ 'ਚ ਡੁੱਬ ਜਾਓਗੇ। ਗੋਤੇ ਖਾਏ, ਬੋਲੋ ਗੋਤੇ ਕਿੰਨੇ ਹੁੰਦੇ ਤੁਹਾਨੂੰ ਤਾਂ ਪਤਾ ਹੋਣਾ ਕੀ ਹੁੰਦੇ, ਡੁੱਬਿਆ ਨਹੀਂ, ਨਹੀਂ ਕਦੀ ਡੁੱਬ ਗਿਆ ਕਦੀ ਤਾਂ ਆ ਗਿਆ, ਕਦੀ ਡੁੱਬ ਗਿਆ ਕਦੀ ਤਾਂ ਆ ਗਿਆ। ਇਸ ਤਰ੍ਹਾਂ ਹੀ ਸੰਸਾਰ ਦੀ ਹਾਲਤ, ਜੇ ਇਹ ਸੋਹਣੀਆਂ ਪੱਗਾਂ, ਸੋਹਣੇ ਦਾੜੇ, ਸੋਹਣੇ ਬਾਣੇ, ਇਹ ਕੋਈ ਸਿੱਖੀ ਨਹੀਂ। ਸਿੱਖੀ ਤਾਂ ਵਾ ਜੇ ਸ਼ਬਦ ਦੀ ਕਮਾਈ ਹੋਵੇ। ਤੇ ਰਾਤੀ ਕੀ ਦੱਸਿਆ ਸੀ, ਤਿੰਨ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ, ਸ਼ਾਬਾਸ਼, ਹਾਜ਼ਰ ਸੋ, ਹਾਜ਼ਰ ਸੋ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਅੱਜ ਕਥਾ 'ਚ ਕਮੈਂਟ ਪਾਉਣ ਵਾਲੇ ਕਿਸੇ ਨੇ ਕਿਹਾ ਸਿੱਖੀ ਸਿੱਖਿਆ ਕਰ ਵਿਚਾਰ, ਫਿਰ ਅੱਗੇ ਆਪੇ ਹੀ ਉਹਦੀ ਸਦਾਈ ਕਰਕੇ ਕਹਿੰਦਾ ਨਹੀਂ, ਸਿੱਖੀ ਸਿੱਖਿਆ ਗੁਰ ਵਿਚਾਰ। ਭਵਜਲ ਇਹ ਬੜਾ ਇੱਕ ਟੌਪ ਦਾ ਬਰੀਕ ਵਿਸ਼ਾ ਹੈ ਸਿੱਖੀ ਵਿੱਚ, ਸੱਚਮੁੱਚ ਸਿੱਖੀ 'ਚ ਉਹ ਵਿਸ਼ੇ ਰਹੇ ਨਹੀਂ ਜਿਹੜੇ ਵਿਸ਼ੇ ਗੁਰਬਾਣੀ ਵਿੱਚ ਸੀ ਨਾ ਬਰੀਕੀ ਦੇ, ਉਹ ਸਾਡੇ ਕੋਲ ਰਹੇ ਨਹੀਂ। ਇੱਕ ਥਾਂ 'ਤੇ ਸਰਕਾਰ ਕਹਿੰਦੀ ਵਿਚਾਰ ਮਾਰੇ, ਬੋਲੋ ਹਾਂ, ਵਿਚਾਰ ਬਾਰੇ ਕੱਲ੍ਹ ਬੋਲਿਆ ਸੀ, ਤੁਸੀਂ ਨਹੀਂ ਆਏ। ਜਿਹੜੇ ਥਾਟ ਨੇ ਸਾਡੇ ਅੰਦਰ ਕਿੰਨਾ ਜ਼ੋਰ ਆ ਇਹਨਾਂ ਦਾ, ਇਹਨੇ ਹੀ ਲੋਕਾਂ ਨੂੰ ਪਾਗਲ ਕੀਤਾ ਹੈ ਵਿਚਾਰਾਂ ਨੇ। ਮੇਰਾ ਗੁਰੂ ਨਾਨਕ ਸਾਹਿਬ ਜਿਹੜਾ ਸ਼ਬਦ ਹੈ ਨਾ ਤੀਰਥ ਨਾਵਣ ਜਾਓ, ਉਸ ਸ਼ਬਦ ਵਿੱਚ ਅੱਗੇ ਜਾ ਕੇ ਕਹਿੰਦੇ ਵਿਚਾਰ ਮਾਰੇ ਤਰੇ ਤੇ ਤਾਰੇ। ਜਿਹੜਾ ਵਿਚਾਰ ਮਾਰ ਲੈਂਦਾ ਹੈ, ਆਖੋ ਵਾਹਿਗੁਰੂ, ਉਹ ਆਪ ਤਰਦਾ ਹੈ ਤੇ ਲੋਕਾਂ ਨੂੰ ਤਾਰਦਾ ਹੈ। ਤੁਸੀਂ ਵੇਖਿਓ ਜਦੋਂ ਪਾਣੀ ਦੇ ਵਿੱਚ ਕੋਈ ਘੁਲਦਾ ਹੋਵੇ ਨਾ ਤੇ ਸਾਹ ਬੰਦ ਕਰ ਲਏ ਤੇ ਪਾਣੀ ਉਹਨੂੰ ਡੋਬਦਾ ਨਹੀਂ, ਪਤਾ ਨਹੀਂ ਕਿਸ ਗੱਲ ਦਾ, ਪਤਾ ਹੈ ਨਾ। ਜੇ ਸਾਹ ਬੰਦ ਕਰ ਲਈਏ ਤੇ ਪਾਣੀ ਉਹਦੇ ਨਾਲ ਲੜਦਾ ਨਹੀਂ। ਸਾਹ ਦੇ ਨਾਲ ਵਿਚਾਰ ਦਾ ਸੰਬੰਧ ਹੈ ਬੜਾ। ਤੁਸੀਂ ਕਥਾ ਸੁਣਨ ਆਏ ਹੋ, ਤੁਹਾਡੇ 'ਚੋਂ ਗੁਰਮੁਖ ਰੂਹਾਂ ਬੱਚੇ ਬੱਚੀਆਂ ਬੈਠੇ ਹੋ, ਤੁਸੀਂ 2 ਮਿੰਟ ਲਈ ਸਾਹ ਬੰਦ ਕਰੋ ਆਪਣਾ,
ਮੈਂ ਕੋਈ ਜੋਗੀ ਨਹੀਂ। ਗੁਰਬਾਣੀ ਵਿੱਚ ਜੋ ਲਿਖਿਆ, ਜੋ ਤੁਸੀਂ ਸਵਾਸ ਬੰਦ ਕਰਦੇ ਹੋ ਤੁਹਾਡਾ ਮਨ ਭੱਜਦਾ ਨਹੀਂ, ਹੁਣ ਨਹੀਂ ਕਿਤੇ ਭੱਜਿਆ, ਸਵਾਸ ਬੰਦ ਕਰਕੇ ਤੁਸੀਂ ਕਿਤੇ ਜਾ ਕੇ ਵਿਖਾਓ, ਇੱਥੇ ਬੈਠੇ ਹੋ ਨਾ ਆਪਣੇ ਪਿੰਡ ਮਈ 'ਤੇ ਜਾ ਕੇ ਵਿਖਾਓ, ਸਵਾਸ ਨੂੰ ਬੰਦ ਕਰ ਲਓ, ਹੁਣ ਉੱਥੋਂ ਦੀਆਂ ਗਲੀਆਂ ਵੇਖੋ, ਆ ਬੱਚਿਆਂ ਨੂੰ ਫੜੋ ਪੁੱਤ, ਉੱਥੋਂ ਦੀਆਂ ਗਲੀਆਂ ਵੇਖੋ, ਪਤਾ ਲੱਗਾ ਕੁਛ? ਸਵਾਸ ਜਿਹੜਾ ਇਹ ਮਨ ਦਾ ਘੋੜਾ ਹੈ, ਮਨ ਦੇ ਘੋੜੇ 'ਤੇ, ਵਿਚਾਰਾਂ ਦੇ ਘੋੜੇ 'ਤੇ ਜਦੋਂ ਤੁਸੀਂ ਸਵਾਸ ਲੈਂਦੇ ਹੋ ਤਾਂ ਇਹ ਮਨ ਦੇ ਘੋੜੇ 'ਤੇ ਚੜ੍ਹ ਕੇ ਭੱਜਦਾ ਹੈ। ਜਦੋਂ ਤੁਸੀਂ ਸਵਾਸ ਬੰਦ, ਤੁਸੀਂ ਮਿੰਟ ਕੁ ਕਰਕੇ ਵੇਖ ਲਓ, ਸਵਾਸ ਬੰਦ ਕਰਕੇ ਵੇਖ ਲਓ, ਫਿਰ ਤੁਸੀਂ ਕਿਸੇ ਦੋਸਤ ਦੇ ਇੱਥੇ ਹੀ ਮੋਂਟਰੀਅਲ ਹੀ ਘਰ ਜਾਓ, ਉੱਥੋਂ ਦੇ ਫਰਨੀਚਰ ਨੂੰ ਵੇਖੋ, ਕੁਝ ਨਹੀਂ ਵੇਖ ਸਕੋਗੇ, ਤੁਸੀਂ ਇੱਥੋਂ ਹਿੱਲ ਹੀ ਨਹੀਂ ਸਕੋਗੇ ਜਦੋਂ ਤੁਸੀਂ ਆਪਣੇ ਵਿਚਾਰ ਬੰਦ ਕਰ ਲਏ। ਵਿਚਾਰਾਂ ਦਾ ਬੜਾ ਸੰਬੰਧ ਆ, ਮਨ ਦਾ ਸਵਾਸ ਨਾਲ ਬੜਾ ਸੰਬੰਧ ਆ। ਜਦੋਂ ਤੁਸੀਂ ਇਸ ਦੁਨੀਆਂ ਵਿੱਚ ਵੀ ਅਤੇ ਰੂਹਾਨੀਅਤ ਦੀ ਦੁਨੀਆਂ ਵਿੱਚ ਵੀ ਸਾਹ ਬੰਦ ਕਰਦੇ ਹੋ ਕੁਛ ਮਿੰਟ ਲਈ, ਤਾਂ ਸਮਝ ਲਓ ਵੀ ਤੁਸੀਂ ਬਾਹਰ ਨਹੀਂ ਕਿਤੇ ਜਾ ਸਕਦੇ, ਹੁਣ ਤੁਹਾਡੀ ਚੇਤਨਤਾ ਕਿਤੇ, ਅਤੇ ਜਰਾ ਕੁ ਕਿਤੇ ਬਹਿਣਾ ਸ਼ੁਰੂ ਕਰ ਦਿੱਤਾ, ਪਤਾ ਲੱਗਾ ਕਿ ਨਹੀਂ, ਬਹਿਣਾ ਸ਼ੁਰੂ ਕਰ ਦਿੱਤਾ, ਇਹਨੇ ਆਦੀ ਹੋ ਜਾਣਾ ਹੈ। ਫਿਰ ਘਰ ਬੈਸੋ, ਸਤਿਗੁਰ ਤੁਮਰੇ, ਸਾਰੇ ਕਾਰਜ ਉਹਨੇ ਸਵਾਰ ਲੈਣੇ ਨੇ ਜਦੋਂ ਤੁਸੀਂ ਥਿਰ ਕਰਕੇ ਬਹਿਣਾ ਸ਼ੁਰੂ ਕਰਤਾ। ਖੈਰ ਇਹ ਕਹਿ ਰਹੇ ਸਾਂ, ਡੋਬੇ ਗੋਤੇ ਖਾਏ ਨਾ ਨਿਕਲੇ। ਜਿਨ੍ਹਾਂ ਲੋਕਾਂ ਦੇ ਅੰਦਰ ਬਹੁਤ ਵਿਚਾਰ ਚੱਲਦੇ ਨੇ, ਕਦੀ ਉੱਤੇ ਆ ਗਏ, ਕਦੀ ਥੱਲੇ ਆ ਗਏ, ਇਹਨੂੰ ਕਹਿੰਦੇ ਗੋਤੇ ਖਾਣੇ। ਕਦੀ ਗੁਰਮੁਖ ਲੱਗਣ ਲੱਗ ਪਏ, ਕਦੀ ਮਨਮੁਖ ਲੱਗਣ ਲੱਗ ਪਏ, ਇਤਨਾ ਹੁੰਦਾ ਕਿ ਨਹੀਂ, ਬੋਲੋ ਨਾ। ਆਪਣੇ ਆਪ 'ਤੇ ਤੁਸੀਂ ਸ਼ੀਸ਼ਾ ਲਾ ਕੇ, ਆਪਣੇ ਆਪ ਦੇ ਉੱਤੇ ਕੈਮਰਾ ਲਾ ਕੇ ਰੋਜ਼ ਵੇਖੋ, ਕਦੀ ਤੁਸੀਂ ਗੁਰਮੁਖ ਹੋ ਅਤੇ ਕਦੀ ਤੁਸੀਂ ਨਾਸਤਕ ਹੋ, ਇਹਦਾ ਸੰਬੰਧ ਕੀ ਹੈ? ਇੱਕ ਰਸ ਤਾਂ ਹੋ ਗਏ ਜੇ ਤੁਸੀਂ ਆਪਣੇ ਵਿਚਾਰਾਂ ਨੂੰ ਰੋਕੋਗੇ। ਤੇ ਬਾਪੂ ਨੇ ਬੜੇ ਸੋਹਣੇ ਬੋਲ ਆ ਕੇ, ਵਿਚਾਰ ਮਾਰੇ, ਬੋਲੋ, ਜੇ ਆਪਣੇ ਵਿਚਾਰਾਂ ਨੂੰ ਬੰਦਾ ਮਾਰ ਹੋਏ ਤੇ ਤਰੇ, ਤਰੇ ਪਹਿਲੋਂ ਪਹਿਲੋਂ ਤੇ ਤਰੇ, ਤਰਿਆ ਹੀ ਕਿਸੇ ਨੂੰ ਤਾਰ ਸਕਦਾ ਹੈ। ਆਪ ਗੋਤੇ ਖਾਂਦਾ ਬੰਦਾ ਆਖੋ ਵਾਹਿਗੁਰੂ, ਕਿਸੇ ਨੂੰ ਤਾਰਦਾ ਨਹੀਂ, ਉਹ ਕਹਿੰਦਾ ਪਹਿਲੋਂ ਆਪ ਬਚਾ। ਜਿਹੜਾ ਬੰਦਾ ਵਿਚਾਰ ਬੰਦ ਕਰ ਗਿਆ ਉਹ ਆਪ ਤਰੇ ਤੇ ਤਾਰੇ। ਅੱਗੇ ਨਾਲ ਹੋਰ ਲਿਖਿਆ, ਜੇ ਜੇ ਬਾਣੀ ਆਉਂਦੀ ਹੈ ਤੇ ਆਉਂਦੀ ਭਾਈ ਸੁਰਿੰਦਰ ਸਿੰਘ ਦੇ ਨਹੀਂ, ਪਾਰ ਪਾ ਫੇਰ ਸੁਣਾਉਣਾ। ਵਿਚਾਰ ਮਾਰੇ, ਜਿਹਨੇ ਥੋਟ ਆਪਣੇ ਮਾਰ ਲਿਆ ਉਹ ਆਪ ਤਰਦਾ ਹੈ, ਕਈਆਂ ਨੂੰ ਤਾਰਦਾ ਹੈ, ਆਖੋ ਵਾਹਿਗੁਰੂ। ਬਹੁਤ ਘੱਟ ਦਿਸਦੇ ਨਾ ਐਸੇ ਇਨਸਾਨ ਜਿਨ੍ਹਾਂ ਦੇ ਥੋਟ ਬੰਦ ਸੀ। ਤੱਤੇ ਤਵੀ ਤੇ ਬਹਿ ਜਾ, ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਕਿਹਾ, ਥਾਟ ਨਹੀਂ ਅੰਦਰ ਆਇਆ ਵੀ ਸੜ ਜਾਊ, ਨਹੀਂ ਬਦਲ ਅੰਦਰ ਵਿਚਾਰ ਨਹੀਂ ਕਹਿਣਾ ਸੀ ਨਾ, ਵੇਖੀ ਕਿਤੇ ਤੱਤੀ ਤਵੀ ਤੇ ਬਹਿ ਕੇ ਸੜਨਾ ਜਾਈ, ਵਿਚਾਰ ਹੀ ਨਹੀਂ ਆਇਆ। ਜੈਸੀ ਆਗਿਆ ਕਿੰਨੀ ਠਾਕੁਰ, ਪਿੱਛੋਂ ਠਾਕੁਰ ਨੇ ਕਿਸੇ ਦੇ ਅੰਦਰ ਬਹਿ ਕੇ ਆਗਿਆ ਕੀਤੀ ਵੀ ਤੂੰ ਲਾਹੌਰ ਚੱਲ ਜਾ, ਸਮਝ ਰਹੇ ਹੋ ਕਿੱਥੇ? ਫਿਰ ਆਗਿਆ ਕਿੰਨੀ ਵੀ ਅੱਗੇ ਤੱਤੀ ਤਵੀ ਆ ਉੱਤੇ ਬਹਿ, ਉਹਦੇ ਨਾਲ ਸੰਬੰਧ ਜੁੜਿਆ ਸੀ, ਆਗਿਆ ਕਰਨ ਵਾਲੇ ਨਾਲ ਆਪਣਾ ਕੋਈ ਵਿਚਾਰ ਨਹੀਂ ਸੀ। ਪਕੜ ਵੀ ਰਹੇ ਹੋ ਕਿ ਨਹੀਂ? ਆਖੋ ਵਾਹਿਗੁਰੂ। ਆਪਣਾ ਕੋਈ
ਵਿਚਾਰ ਨਹੀਂ ਸੀ, ਚੁੱਪ ਕਰਕੇ ਜਿਉਂ ਜਿੱਥੇ ਜਿੱਥੇ ਇਸ਼ਾਰਾ ਕੀਤਾ ਉਧਰ ਨੂੰ ਤੁਰ ਗਿਆ। ਜੈਸੀ ਆਗਿਆ ਕਿੰਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋੜਿਓ। ਜਿਹੜੇ ਬਾਣੀ ਪੜ੍ਹਨ ਵਾਲੇ ਆ ਕਿਤੇ ਉਹਨਾਂ ਨੂੰ ਆਨੰਦ ਜ਼ਿਆਦਾ ਆ ਸਕਦਾ ਹੈ, ਕਿਉਂਕਿ ਉਹਨਾਂ ਨੂੰ ਨਾਲੋਂ ਨਾਲ ਦਿਸੀ ਜਾਂਦੀ ਹੈ, ਮੋਹਰ ਸੁਰਤ ਲਾਈ ਜਾਂਦੀ। ਹਾਂ, ਬਾਣੀ 'ਚ ਲਿਖਿਆ ਤਾਂ ਹੈ, ਸੁਰਤ ਕੀ ਕਰਦੀ ਫਿਰ, ਮੋਹਰਾਂ ਲਾਈ ਜਾਂਦੀ ਵੀ ਹਾਂ ਇਹ ਗੱਲ ਗੁਰਬਾਣੀ ਦੇ ਵਿੱਚ ਲਿਖੀ ਤਾਂ ਹੈ। ਸਾਡੀ ਖੁਰਾਕ ਬਦਲ ਗਈ ਆ, ਸਾਡੇ ਵਿਚਾਰ ਬਦਲ ਗਏ ਨੇ, ਸਾਡੀ ਕਥਾ ਬਦਲ ਗਈ ਆ, ਸਾਡੇ ਕੀਰਤਨ ਦੇ ਸੁਭਾਅ ਬਦਲ ਗਏ ਨੇ। ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਤੇ ਦਾਸ ਜੋੜੇ ਖਾਨੇ ਸੀ, ਸ਼ਬਦ ਨੂੰ ਸੁਣਿਆ ਜਾਂ ਨਾਨਕ ਕੋ ਗੁਰ ਕਿਰਪਾ ਕੀਤੀ ਤੇ ਕੀ ਹੋਇਆ, ਜਪ ਹਰ ਪਵਜਲ ਤਰਨਾ। ਉੱਥੇ ਜਾ ਕੇ ਜਿੱਥੇ ਵਿਚਾਰ ਰੁਕ ਗਏ ਉੱਥੇ ਤਰੇ ਤੇ ਤਾਰੇ। ਤੀਸਰੀ ਪੜਾਅ ਇੱਕ ਹੋਰ ਜੇ ਆਉਂਦੀ ਬਾਣੀ ਇਹ ਸ਼ਬਦ ਆਉਂਦੇ ਹੋ ਨਹੀਂ, ਤੀਸਰਾ ਉਲਟ ਜੋਨ ਨਾ ਆਵੇ। ਉਲਟ ਤਰਿਆ ਤਾਰਨ ਲੱਗ ਪਿਆ ਤੇ ਦੁਬਾਰਾ ਹੁਣ ਫੇਰ ਥੋੜਾ ਜਿਹਾ ਮੈਨੂੰ ਨੀ ਫਰਕ ਵੀ ਬਹਾਲ ਭਰਿਆ ਹੋਵੇ ਮੈਂ ਕਥਾ ਕਰਾਂ, ਮੇਰੇ ਲਈ ਤੇ ਇੱਕ ਹੋਵੇ ਸੁਣਨ ਵਾਲਾ। ਸਾਰਾ ਜੀਵਨ ਜ਼ਿੰਦਗੀ ਦੇ ਵਿੱਚ ਜੰਗਲ ਚ ਬਹਿ ਕੇ ਕਥਾ ਕੀਤੀ ਹੈ ਤੇ ਗੁਰੂ ਕਹਿਣ ਵਾਲਾ ਸੀ ਤੇ ਮਰਦਾਂ ਨਾਲ ਸੁਣਨ ਵਾਲਾ ਸੀ, ਐਸੇ ਐਸੇ ਬੋਲ ਮੂੰਹ ਚੋਂ ਨਿਕਲੇ। ਆ ਜਿੰਨੀ ਬਾਣੀ ਹੈ ਇਹ ਤਾਂ ਨਿਕਲੇ ਆ ਕਿ ਜਿਹੜੇ ਅੱਗੇ ਸੁਣਨ ਵਾਲੇ ਸੀ ਜਾਂ ਮਰਦਾਨਾ ਸੀ ਜਾਂ ਜਿਹੜੇ ਵੀ ਸੁਣਦਾ ਸੀ ਉਹ ਹਾਜ਼ਰ ਸੀ। ਜਦੋਂ ਸੁਣਨ ਵਾਲਾ ਹਾਜ਼ਰ ਹੁੰਦਾ ਨਾ ਤਾਂ ਵਕਤੇ ਦੇ ਮੂੰਹ ਦੇ ਵਿੱਚੋਂ ਬੜੇ ਬੜੇ ਗੈਬੀ ਬਚਨ ਨਿਕਲ ਆਉਂਦੇ ਆ। ਜਦੋਂ ਸੁਣਨ ਵਾਲਾ ਕੋਈ ਇਤਰਾ ਖੁਰਕੰਡਿਆ, ਕੋਈ ਇਤਰਾ ਖੁਰਕੰਡਿਆ, ਕੋਈ ਕਿਸੇ ਪਾਸੇ ਵੇਖ ਰਿਹਾ, ਕੋਈ ਕਿਸੇ ਪਾਸੇ, ਉਹ ਫਿਰ ਟਾਈਮ ਪਾਸ ਕਰਦਾ। ਵਕਤਾ ਕੀ ਕਰਦਾ? ਟਾਈਮ ਪਾਸ ਕਰਦਾ। ਹੁਣ ਮੈਂ ਦੋ ਗੱਲਾਂ ਕਹੀਆਂ ਜੇ ਪਹਿਲਾਂ ਤਰੇ ਤਾਰੇ, ਦੋ ਗੱਲਾਂ ਦੇ ਪੜਾਅ ਤੇ ਆ ਜਾਓ, ਤੁਸੀਂ ਸੁਣ ਲਓ, ਫਿਰ ਦੁਬਾਰਾ ਕਹਿਣ ਲੱਗਾ। ਵਿਚਾਰ ਮਾਰੇ ਜਿਹਨੇ ਆਪਣੇ ਥੋਟਸ ਮਾਰ ਲਏ ਉਹ ਆਪ ਤਰਿਆ ਤੇ ਕਈਆਂ ਨੂੰ ਤਾਰਦਾ ਹੈ, ਫਿਰ ਉਹ ਬੋਲਦਾ ਨਹੀਂ। ਆਖੋ ਵਾਹਿਗੁਰੂ ਕੀ ਹੋਇਆ? ਫਿਰ ਉਹ ਵੇਖਦਾ ਹੈ। ਬੋਲਣ ਨਾਲ ਤਾਂ ਸੰਸਾਰ ਨਾ ਤਰਿਆ, ਬੋਲ ਸੁਣਨ ਵਾਲਾ ਵੀ ਤੇ ਹਾਜ਼ਰ ਹੋਣਾ ਨਾ, ਮਗਰ ਵੇਖਣ ਵਾਲਾ ਕਿਤੇ ਹਾਜ਼ਰ ਹੋਵੇ, ਕਮਾਈ ਵਾਲਾ ਹੋਵੇ, ਭੱਜੇ ਫਿਰਦੇ ਮਨ ਨੂੰ ਟਕਾ ਲੈਂਦਾ ਹੈ, ਕਹਿੰਦਾ ਬਹਿ ਜਾ ਇੱਥੇ ਆਉਣਾ। ਕਦੀ ਵੇਖੀਏ ਕਦੇ ਉੱਧਰ ਰੂਹ ਕੋਈ ਤੋਂ ਪਿੰਡ ਵੱਲ ਆਪਣੇ ਵੱਲ, ਜਿਹਦੇ ਵਿਚਾਰ ਮਰੇ ਹੋਣ, ਉਹਨੇ ਤੈਨੂੰ ਇੱਕ ਵਾਰ ਅੱਖਾਂ ਭਰ ਕੇ ਵੇਖਿਆ ਹੋਵੇ ਤੇ ਤੇਰੇ ਅੰਦਰ ਨੂੰ ਐਂ ਸੀਜ ਕਰਤਾ ਹੋਵੇ, ਭੱਜਣ ਤੋਂ ਰਹਿਤ ਹੋ ਗਿਆ ਹੋਵੇ, ਕੋਈ ਰੱਬ ਦਾ ਪਿਆਰਾ ਇਹੋ ਜਿਹਾ ਮਿਲੇ ਜਿਹਦੇ ਆਪਣੇ ਥਾਟ ਬੰਦ ਨੇ, ਵਿਚਾਰ ਬੰਦ ਨੇ, ਉਹਨੇ ਅੱਖਾਂ ਭਰ ਕੇ ਵੇਖਿਆ, ਭੱਜੇ ਫਿਰਦੇ ਨੂੰ ਟਕਾ ਲਿਆ, ਆਪ ਟਕਾ ਲਿਆ। ਤਿੰਨ ਗੱਲਾਂ ਕਹੀਆਂ, ਤਰੇ ਤਾਰੇ, ਉਲਟ ਜੋਨ ਨਾ ਆਵੇ, ਦੁਬਾਰਾ ਫਿਰ ਜੋਨੀ ਚ ਨਹੀਂ। ਇੱਕ ਗੱਲ ਹੋਰ ਕਹੀ ਅੱਗੇ ਅੱਗੇ ਸੁਣਦਾ ਸੀ ਵੀ ਇੱਕ ਪਾਰਸ ਹੁੰਦਾ, ਹਾਜ਼ਰ ਹੋ ਕੇ ਸਿਰ ਸੁਰੀ ਲਾਉਂਦੇ, ਉਹ ਗੱਲ ਦਾ ਪਤਾ। ਅੱਗੇ ਸੁਣਿਆ ਸੀ ਵੀ ਇੱਕ ਪਾਰਸ ਹੁੰਦਾ। ਹੁਣ ਐਸਾ ਵਿਚਾਰ ਰੁਕਣ ਦਾ ਕਰਾਮਾਤ ਹੋਈ, ਆਪ ਪਾਰਸ ਬਣ ਗਿਆ। ਆਪ ਪਾਰਸ ਨਹੀਂ ਆਉਂਦੀ ਅੱਗੇ ਬਣੀ, ਪਰਮ ਧਿਆਨੀ, ਹੁਣ ਧਿਆਨੀ ਨਹੀਂ ਬਣਿਆ। ਕਦੋਂ? ਤੁਸੀਂ ਥੋੜ੍ਹਾ ਜਿਹਾ ਕਦੋਂ? ਜਦੋਂ ਵਿਚਾਰ ਮਰ ਗਏ, ਆਪ ਤਰਿਆ, ਕਈਆਂ ਨੂੰ ਤਾਰਿਆ,
ਆਪ ਪਾਰਸ ਬਣ ਗਿਆ, ਆਪ ਪਰਮ ਧਿਆਨੀ ਬਣ ਗਿਆ। ਆਪ ਪਾਰਸ ਪਰਮ ਧਿਆਨੀ ਤੇ ਸਾਚ, ਪੈਰਾਂ ਤੋਂ ਲੈ ਕੇ ਸਿਰ ਤੱਕ ਹੀ ਹੋ ਗਿਆ, ਸੱਚ ਹੋ ਗਿਆ। ਜਿਹਦੇ ਵਿਚਾਰ ਰੁਕ ਗਏ, ਵਿਚਾਰ ਨੇ ਹੀ ਇਹਨੂੰ ਝੂਠਾ ਕੀਤਾ ਸੀ। ਆਖੋ ਵਾਹਿਗੁਰੂ। ਵੇਖੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਹਿ ਗਿਆ ਵੀ ਕਦੀ ਇਹ ਕਹਿੰਦਾ ਵੀ ਮੈਂ ਤਰ ਗਿਆ, ਕਦੀ ਕਹਿੰਦਾ ਮੈਂ ਡੁੱਬ ਗਿਆ, ਕਦੀ ਕਹਿੰਦਾ ਮੈਂ ਚੰਗਾ ਵਾਂ, ਕਦੀ ਕਹਿੰਦਾ ਮੈਂ ਮਾੜਾ, ਇਹ ਕੀ ਰੌਲਾ ਕਰਦਾ ਵਿਚਾਰਾਂ ਦਾ। ਵਿਚਾਰ ਰੁਕ ਗਏ। ਆਪ ਪਾਰਸ ਪਰਮ ਧਿਆਨੀ, ਆਪ ਪਾਰਸ ਬਣ ਗਿਆ, ਪਰਮ ਧਿਆਨੀ ਬਣ ਗਿਆ ਤੇ ਸਾਚ। ਰੁਕ ਗਏ ਸਵਾਸ ਤੇ ਰਹਿ ਕੀ ਗਿਆ? ਸੱਚ। ਤੇ ਜਿਹੜਾ ਸੱਚ ਰਹਿ ਗਿਆ ਉਹ ਸੱਚੇ ਭਾਵੇ ਨਹੀਂ, ਸੱਚੇ ਉਹ ਸੱਚੇ ਨੂੰ ਭਾ ਜਾਂਦਾ ਜਿਹਦੇ ਵਿਚਾਰ ਮਰ ਗਏ। ਇਹ ਕਥਾ ਹੁਣ ਹੁਣੋਂ ਹਟ ਗਈ ਜਿਹੜੀ ਗੁਰਬਾਣੀ ਦੀ, ਜਿਉਂ ਦੀ ਤਿਉਂ। ਸੱਚ ਗੁਰ ਕੀ ਸਾਖੀ, ਬੋਲੋ ਹਾਂ। ਸਾਖੀ ਮੀਨਜ ਕੱਲ ਕੀ ਕਿਹਾ ਸੀ? ਸਿੱਖਿਆ। ਸਿੱਖਿਆ ਉਹ ਗੁਰੂ ਦੀ ਸਾਖੀ ਕੀ ਹੈ? ਤੁਸੀਂ ਇੱਕ ਬੰਦੇ ਦੀ ਸਾਖੀ ਸੁਣੀ ਆ, ਕਿਸੇ ਮਹਾਂਪੁਰਸ਼ ਦੀ ਸੁਣੀ ਆ, ਕਿਸੇ ਹੋਰ ਦੀ ਸੁਣੀ ਆ, ਇੱਕ ਸਾਖੀ ਸੁਣੀ ਆ। ਅਸੀਂ ਹੱਥ ਜੋੜ ਕੇ ਬੇਨਤੀ ਕਰੀਏ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੀ ਤੁਹਾਡੀ ਵੀ ਕੋਈ ਸਾਖੀ ਹੈ? ਜੇ ਬੰਦੇ ਦੀ ਸਾਖੀ ਬਣਾਵਾਂਗੇ ਤਾਂ ਜਨਮ ਬਣਾਵਾਂਗੇ। ਗੁਰੂ ਨਾਨਕ ਸਾਹਿਬ ਦੀ ਵੀ ਬਣਾਉਣੀ ਹੈ ਨਾ, ਤੇ ਰਾਏ ਭੋਏ ਦੀ ਤਲਵੰਡੀ ਨਾਲ ਜੋੜਾਂਗੇ। ਕਿਹਨੂੰ? ਗੁਰੂ ਨਾਨਕ ਸਾਹਿਬ ਨੂੰ। ਫਿਰ ਉਹਦੇ ਅੰਤਲੀ ਘੜੀ ਵੀ ਕਰਤਾਰਪੁਰ ਨਾਲ ਜੋੜਾਂਗੇ। ਇਹ ਸਾਖੀ ਤਾਂ ਪਤਾ ਵੀ ਲੱਗ ਰਿਹਾ ਕਿ ਨਹੀਂ, ਬਰੀਕ ਵਿਸ਼ੇ ਦੀ ਹੋਰ ਲੱਗ ਰਿਹਾ। ਆਖੋ ਵਾਹਿਗੁਰੂ। ਸਰੀਰ ਦੀ ਸਾਖੀ ਬਣਾਓਗੇ ਤੇ ਸਰੀਰ ਦੇ ਜੰਮਣ ਦੀ ਵੀ ਗੱਲ ਕਰੋਗੇ ਤੇ ਮਰਨ ਦੀ ਵੀ ਗੱਲ ਕਰੋਗੇ। ਹੁਣ ਇਸ ਮਾਲਕ ਦੀ ਜੇ ਸਾਖੀ ਸੁਣਾਉਣੀ ਹੈ ਤੇ ਨਾ ਜਨਮਿਆ ਨਾ ਮਰਨਿਆ, ਇਹਦੇ ਬਾਰੇ ਕੀ ਕਹੋਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਜੰਮੇ? ਆਖੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਮਰੇ? ਇਹਦਾ ਜੰਮਣ ਮਰਨ ਹੈ ਹੀ ਨਹੀਂ। ਇਹ ਤੇ ਸਗੋਂ ਜਿਹਦਾ ਜਿਹੜਾ ਇਹਦਾ ਸਿਮਰਨ ਕਰਦਾ ਉਹਦਾ ਜੰਮਣ ਮਰਨ ਮਿਟਾ ਦਿੰਦਾ ਹੈ, ਤੇ ਜੰਮਣ ਮਰਨ ਮਿਟਾਊਗਾ ਉਹ ਜਿਹਦਾ ਆਪਣਾ ਜਨਮ ਮਰਨ ਨਹੀਂ। ਆਖੋ ਵਾਹਿਗੁਰੂ। ਸਾਚ ਸੱਚੇ ਭਾਵੇ, ਸੱਚ ਹੋ ਗਿਆ ਤੇ ਸੱਚੇ ਨੂੰ ਚੰਗਾ ਲੱਗਣ ਲੱਗ ਪਿਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਰ ਕੇ ਬੋਲੋ, ਭਰ ਕੇ। ਮਨ ਨੂੰ ਖਿਲਾਰ ਕੇ ਜਪੋ, ਫਿਰ ਆਨੰਦ ਆਓ। ਤੁਸੀਂ ਹਟਣਾ ਹੀ ਨਹੀਂ ਜੇ ਮਨ ਖਿਲਾਰ ਕੇ ਕਿਤੇ ਜਪ ਲਿਆ ਤੇ। ਜਿਉਂਦੇ ਰਹੋ ਤੂੰ ਨੀਚ ਗੁਰੂ। ਗੁਰੂ ਹਾਂ, ਵਾਹਿਗੁਰੂ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤੁਸੀਂ ਹੋਰ ਇੱਕ ਅਨੁਭਵੀ ਬਚਨ ਆਪ ਜੀ ਦੱਸੋ ਵੀ ਰੱਸਾ ਪਾ ਕੇ ਅਤੇ ਖੂਹੀ ਦੇ ਵਿੱਚ ਡੋਲ ਸੁੱਟਿਆ, ਸਮਝ ਰਹੇ ਹੋ? ਫੋਟੋ ਆ ਗਈ ਸਮਝ? ਲੱਜ ਦੇ ਨਾਲ ਡੋਲ ਸੁੱਟਿਆ ਖੂਹੀ 'ਚ, ਜਿਨ੍ਹਾਂ 'ਚ ਉਹ ਪਾਣੀ ਦੀ ਸਤ੍ਹਾ ਤੱਕ ਨਹੀਂ ਗਿਆ। ਸਾਰੇ ਤੁਸੀਂ ਪੇਂਡੂ ਲੱਗਦੇ ਹੋ, ਕੋਈ ਇਹੋ ਜਿਹੀ ਨਹੀਂ ਕਹਾਣੀ ਜਿਹੜੀ ਸਮਝੋਗੇ ਨਹੀਂ। ਪਾਣੀ ਦੀ ਸਤ੍ਹਾ ਤੱਕ ਡੋਲ ਨਹੀਂ ਗਿਆ। ਕੋਈ ਆਵਾਜ਼ ਆਉਂਦੀ? ਛਾਵਾ ਛਾਵਾ, ਤੁਸੀਂ ਪੇਂਡੂ ਬੈਠੇ ਹੋ, ਦੱਸੋ ਨਾ ਥੱਲੇ ਰੱਸਾ ਸੁੱਟਿਆ ਜਾਂ ਤਾਂ ਗਏ ਰਾਹ ਜਰੋ ਸੁਰਤ ਕਰਕੇ, ਥੱਲੇ ਰੱਸੇ ਦੇ ਨਾਲ ਡੋਲ ਸੁੱਟਿਆ, ਡੋਲ ਹੀ ਕਹਿੰਦੇ ਸਾਪਾਂ ਜਿਹਦੇ ਨਾਲ ਪਾਣੀ ਕੱਢਦੇ ਹਾਂ। ਜਿੰਨਾ ਚਿਰ ਉਹ ਪਾਣੀ ਦੀ ਸਤ੍ਹਾ ਤੱਕ ਨਹੀਂ ਗਿਆ, ਕੋਈ ਆਵਾਜ਼ ਆਈ ਖੂਹੀ ਚੋਂ? ਤੁਸੀਂ ਵੀ ਜਿੰਨਾ ਚਿਰ ਇੱਥੇ ਜਿੱਥੇ ਅੰਮ੍ਰਿਤ ਆ ਤੋਂ ਨੀਚ, ਇੱਥੋਂ ਤੱਕ ਤੁਹਾਡਾ ਸਵਾਸ ਜਾ ਕੇ ਟਕਰਾਇਆ ਨਹੀਂ ਤਾਂ ਗੁਰੂ ਦੀ ਆਵਾਜ਼ ਨਹੀਂ ਆਈ। ਵਾਹਿਗੁਰੂ ਵਾਹਿਗੁਰੂ ਕਰਦੇ ਰਹੇ, ਜਿਸ ਤਰ੍ਹਾਂ ਡੋਲ ਨੂੰ ਉੱਤੋਂ ਹੀ ਚੁੱਕ ਲਿਆਂਦਾ, ਵਿੱਚੋਂ ਭਰ ਕੇ ਕੁਛ ਨਹੀਂ ਆਇਆ। ਆਖੋ ਵਾਹਿਗੁਰੂ। ਕੌਣ ਕੌਣ ਸਮਝ ਰਿਹਾ ਤੁਹਾਡੇ 'ਚ, ਦੱਸੋ ਨਾ ਮੈਨੂੰ। ਟਾਈਮ 'ਤੇ ਪਾਸ ਕਰਨਾ ਨਹੀਂ, ਤੂੰ ਭੈਣ ਜਿਹਨੇ ਢੋਲ ਆਈ ਚਸ਼ਮੇ ਵਾਲੀ, ਨਹੀਂ ਕਿ ਬਾਹਰ ਦੀ ਸੈਰ ਹੋ ਰਹੀ, ਸਮਝਿਆ ਨਹੀਂ? ਵੇਖਿਆ ਨਹੀਂ ਕਦੀ ਡੋਲ ਸੁੱਟਦੇ ਹਾਂ ਪਾਣੀ 'ਚ, ਕੱਢਦੇ ਹਾਂ ਪਾਣੀ ਖੂਹੀ 'ਚੋਂ, ਉਹਦੇ ਵਿੱਚੋਂ ਡੋਲ ਸੁੱਟ ਕੇ ਉੱਤੇ ਦਾ ਉੱਤੇ ਮੋੜ ਲਿਆਂਦਾ, ਸਿਮਰਨ ਕਰਕੇ ਉੱਠਿਆ, ਇੱਕ ਪਾਣੀ ਦੀ ਬੂੰਦ ਨਹੀਂ ਪਈ। ਸਿਮਰਨ ਕਰਨ ਤੋਂ ਬਾਅਦ ਵੀ ਇਹ ਚੁਗਲ ਹੈ, ਇਹ ਨਿੰਦਕ ਹੈ, ਇਹ ਹੰਕਾਰੀ ਹੈ। ਕਿਉਂ? ਕਿਉਂਕਿ ਅੰਦਰੋਂ ਕੁਛ ਨਿਕਲਿਆ ਨਹੀਂ, ਸਿਰ 'ਤੇ ਡੋਲ ਭਰ ਕੇ ਪਿਆ ਨਹੀਂ। ਆਖੋ ਵਾਹਿਗੁਰੂ। ਇਹ ਨਿਸ਼ਾਨੀ ਹੁੰਦੀ ਵੀ ਉਹਦੇ ਕੱਪੜੇ ਭਿੱਜ ਗਏ, ਉਹਦੇ ਕੱਪੜੇ ਜਿਹਦੇ ਸਿਰ 'ਚ ਡੋਲ ਪੈ ਗਿਆ, ਡੋਲ ਪੈ ਗਿਆ, ਨਿਕਲਿਆ ਤਾਂ ਜ਼ਰੂਰ ਸਿਰ 'ਤੇ ਪਊ, ਪਾਣੀ ਕੱਢਿਆ ਕਦੇ ਲਈ ਨਹਾਉਣ ਨਹੀਂ। ਆ ਤੁਸੀਂ ਜਿੰਨਾ ਜੀ ਨਾਮ ਜਪਿਆ ਹੈ, ਇਹ ਸਾਰਾ ਤਾਂ ਇਸੇ ਕਰਕੇ ਹੀ ਹੈ ਨਾ ਵੀ ਮੇਰੇ ਜੀਵਨ ਦੇ ਵਿੱਚ ਜਿਹੜੀ ਮੈਲ ਲੱਗੀ ਉਹਦਾ ਇਸ਼ਨਾਨ ਹੋ ਜਾਏ, ਇਸੇ ਕਰਕੇ ਕੀਤੀ। ਆਖੋ ਵਾਹਿਗੁਰੂ। ਹੁਣ ਇੱਕ ਘੜੀ ਆਈ ਜਦੋਂ ਡੋਲ ਸਤ੍ਹਾ ਤੱਕ ਚਲੇ ਗਿਆ, ਸਤ੍ਹਾ ਸਮਝਦੇ ਹੋ ਜਿੱਥੇ ਪਾਣੀ ਹੈ ਉੱਥੇ ਤੱਕ ਡੋਲ ਚਲੇ ਗਿਆ, ਸਤ੍ਹਾ ਤੱਕ ਹੀ ਨਹੀਂ ਗਿਆ, ਪਾਣੀ ਦੇ ਵਿੱਚ ਡੁੱਬ ਗਿਆ ਅਤੇ ਆਵਾਜ਼ ਆਈ ਗੁੜੂਮ, ਆਉਂਦੀ ਕਿ ਨਹੀਂ ਬੋਲੋ ਨਾ? ਉਹ ਤੁਹਾਡੇ ਅਤੇ ਮੇਰੇ ਅੰਦਰ ਇਸ ਤਰ੍ਹਾਂ ਹੁੰਦਾ ਵਾਹਿਗੁਰੂ ਹੁੰਦਾ, ਵਾਹਿਗੁਰੂ 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 ਵਾਹਿਗੁਰੂ, ਇੱਥੋਂ ਇੱਥੋਂ ਤੱਕ। ਜਿੱਦਣ ਸਤ੍ਹਾ ਤੱਕ ਗਿਆ, ਸੱਚੀ ਮੁੱਚੀ ਸਤ੍ਹਾ ਤੱਕ ਜਾਊਗਾ ਤਾਂ ਭਰੂਗਾ, ਭਰੂਗਾ ਤਾਂ ਉਹਨੂੰ ਖਿੱਚਣਾ ਹੁਣ ਐਡਾ ਸੌਖਾ ਨਹੀਂ ਜਿੰਨਾ ਲੋਕਾਂ ਨੇ ਸੌਖਾ ਕੀਤਾ ਹੈ। ਭਰੇ ਹੋਏ ਡੋਲ ਨੂੰ ਤਾਂ ਖਿੱਚਣ ਤੱਕ ਤਾਂ ਬਹੁਤ ਜ਼ੋਰ ਚਾਹੀਦਾ। ਆਖੋ ਵਾਹਿਗੁਰੂ। ਬਾਹਾਂ ਥੱਕਦੀਆਂ ਤਾਂ ਫਿਰ ਬਹੁਤੀ ਵਾਰ ਨਹੀਂ ਪਾਊਗਾ, ਬਹੁਤੀ ਵਾਰ ਇੱਕ ਦੋ ਵਾਰ, ਗੁਰੂ ਤਾਂ ਕਹਿੰਦਾ ਇੱਕ ਵਾਰੀ ਕਰ, ਮਗਰ ਐਸਾ ਡੋਲ ਸੁੱਟ, ਸਮਝ ਰਹੇ ਹੋ ਤੁਸੀਂ ਦੋਨੋਂ, ਐਸਾ ਡੋਲ ਸੁੱਟ ਵੀ ਡੋਲ ਭਰ ਕੇ ਆਵੇ ਅੰਦਰੋਂ ਅਤੇ ਤੇਰੀ ਪਿਆਸ ਵੀ ਬੁਝੇ ਅਤੇ ਤੇਰੇ ਸਿਰ ਵਿੱਚ ਪਾਣੀ ਵੀ ਪੈ ਜਾਏ, ਤੇਰਾ ਇਸ਼ਨਾਨ ਵੀ ਹੋ ਜਾਏ। ਕੋਸ਼ਿਸ਼ ਕਰੋ ਹਾਂ ਭਲਾ, ਗੋਡਿਆਂ 'ਤੇ ਹੱਥ ਰੱਖ ਕੇ ਰੀੜ ਦੀ ਅੱਡੀ ਸਿੱਧੀ ਕਰਕੇ, ਵਾਹਿਗੁਰੂ 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 ਵਾਹਿਗੁਰੂ
ਸਤਨਾਮ ਸ੍ਰੀ। ਇੱਕ ਬੱਚੇ ਨੂੰ ਹੋਰ ਜੇ ਦਿਲ ਤੇ ਕਰਦਾ ਵੀ ਇਸ ਵਿਸ਼ੇ ਤੇ ਬੋਲੋ, ਸਾਰਾ ਘੰਟਾ ਹੀ ਬੋਲੋ। ਅੰਤਰ, ਅੰਤਰ ਬਣੇ ਅੰਦਰ, ਖੂਟਾ ਖੂਟਾ ਬਣੇ ਖੂਹ, ਅੰਮ੍ਰਿਤ ਭਰਿਆ। ਤੁਸੀਂ ਕਦੀ ਤੇ ਮੈਂ ਜਾਣੇ ਸਾਡੀ ਸੁੱਤੀ ਇੱਥੋਂ ਤੱਕ ਵੀ ਰੋਟੀ ਖਾਣੀ ਤੇ ਮਲ ਮੂਤਰ ਬਾਹਰ ਕੱਢਣਾ ਤੇ ਸਾਰਾ ਦਿਨ ਹੱਸਣਾ ਖੇਡਣਾ। ਇਸ ਸਰੀਰ ਦੀ ਕਦੀ ਖੋਜ ਹੀ ਨਹੀਂ ਕੀਤੀ ਵੀ ਮੇਰਾ ਗੁਰੂ ਕਿਤਨਾ ਕਹਿ ਰਿਹਾ ਹੈ ਵੀ ਇਸ ਤੇਰੇ ਸਰੀਰ ਦੇ ਵਿੱਚ ਇੱਕ ਅੰਮ੍ਰਿਤ ਦਾ ਖੂਹ ਹੈ, ਇਹਦੇ ਵਿੱਚੋਂ ਅੰਮ੍ਰਿਤ ਕੱਢਣਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਪਤਾ ਲੱਗਾ ਵੀ ਦਿੱਲੀ ਵਾਲੇ ਪਤਾ ਲੱਗਾ ਸਰੀਰ ਦੇ ਵਿੱਚ ਕੀ ਹੈ, ਇੱਕ ਕਾਹਦਾ, ਅੰਮ੍ਰਿਤ ਦਾ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਮਹਾਰਾਜ ਕੱਢੀ ਦੀ ਕਿਤਨਾ ਪਾਣੀ ਵਾਲੀ ਜਿਹੜੀ ਅੰਮ੍ਰਿਤ ਵਿੱਚੋਂ ਕੱਢਣਾ ਜਿਹਨੇ ਉਹ ਕਿਤਨਾ ਕੱਢੇ, ਕਹਿੰਦੇ ਸ਼ਬਦ ਹੈ, ਬੋਲੋ ਕਾਢ ਪੀਏ ਪਨਹਾਰੀ। ਪਨਹਾਰੀ ਮੀਨਜ ਪਾਣੀ ਕੱਢਣ ਵਾਲੀ, ਸ਼ਬਦ ਦੇ ਰਾਹੀਂ ਅੰਦਰੋਂ ਅੰਮ੍ਰਿਤ ਕੱਢੂਗੀ, ਸ਼ਬਦ ਦੇ ਜਾਪ ਰਾਹੀਂ ਅੰਦਰੋਂ ਅੰਮ੍ਰਿਤ ਨਿਕਲ ਜੂਗਾ। ਸਭ ਘੱਟ ਅੰਮ੍ਰਿਤ ਰੱਖੀ, ਉਹਨੂੰ ਬਾਣੀ ਚ ਲਿਖਿਆ ਸਭ ਘੱਟ ਘੱਟ ਮੈਨੇ ਘੜੇ, ਇਹ ਸਾਰਿਆਂ ਸਰੀਰਾਂ ਦੇ ਘੜਿਆਂ ਦੇ ਵਿੱਚ ਕੀ ਰੱਖਿਆ, ਅੰਮ੍ਰਿਤ ਰੱਖਿਆ। ਅਸੀਂ ਕੀ ਕੱਢ ਰਹੇ ਹਾਂ, ਅਸੀਂ ਕੀ ਕੱਢ ਰਹੇ, ਚੋ ਵਿਸ਼ੇ ਵਕਾਰ ਨਿੰਦਾ ਚੁਗਲੀ ਦੁਈ ਦਵੈਤ, ਉਸੇ ਦੇ ਵਿੱਚ ਅੰਮ੍ਰਿਤ ਦਾ ਖੂਹ ਭਰਿਆ ਜਿਹਦੇ ਵਿੱਚੋਂ ਅਸੀਂ ਅੰਮ੍ਰਿਤ ਕੱਢ ਸਕਦੇ ਹਾਂ। ਸ਼ਬਦੇ ਕਾਢ ਪੀਏ, ਪੀਏ ਸ਼ਬਦ ਕੱਢ ਕੇ ਤੇ ਪੀ ਸਕਦੀ ਜੀਵ ਆਤਮਾ, ਕਾਢ ਪੀਏ ਪਨਹਾਰੀ। ਮੇਰੇ ਸਾਹਿਬ ਜੀ ਕਹਿੰਦੇ ਜਿੱਦਣ ਤੂੰ ਕਦੀ ਅੰਦਰਲੇ ਖੂਹ ਚੋਂ ਕੱਢ ਕੱਢ ਕੇ ਅੰਮ੍ਰਿਤ ਛਕੇ ਕੱਢੇਗਾ ਫਿਰ ਪੀਵੇਂਗਾ। ਤੇ ਉੱਥੇ ਲਿਖਿਆ ਅੰਮ੍ਰਿਤ ਸਿੰਚੋ, ਹਾਂਜੀ ਤੁਸੀਂ ਭਰੋ ਕਿਆਰੇ। ਤੁਹਾਨੂੰ ਪਤਾ ਗੁੜੀਆ ਕਿਆਰੇ ਕਹਿੰਦੇ, ਹਾਂ ਸਮਝੋ ਚੰਗੀ ਤਰ੍ਹਾਂ, ਪੈਲੀ ਦੇ ਵਿੱਚ ਜਿਹੜੇ ਛੋਟੇ ਛੋਟੇ ਕੀ ਪਾਏ ਹੁੰਦੇ, ਤੁਹਾਡੇ ਵੀ ਅੰਦਰ ਕਿਆਰੇ ਹੈਗੇ ਆ ਜਿਹੜੇ ਕਿਆਰੇ ਸੁੱਕ ਰਹੇ ਆ। ਆਖੋ ਵਾਹਿਗੁਰੂ, ਅੰਦਰੋਂ ਅੰਮ੍ਰਿਤ ਕੱਢੋ ਤੇ ਉਹਨਾਂ ਕਿਆਰਿਆਂ ਚ ਭਰੋ, ਅੰਮ੍ਰਿਤ ਸਿੰਚੋ ਤੇ ਭਰੋ ਕਿਆਰੇ। ਤੇ ਮੈਂ ਕਈ ਵਾਰ ਸੰਗਤ ਨੂੰ ਪੁੱਛਦਾ ਵੀ ਕਿਹੜੇ ਕਿਆਰੇ, ਕੋਈ ਅੰਦਰ ਪੈਲੀ ਆ ਜਿਹਦੇ ਕਿਆਰੇ ਨੇ, ਤੁਹਾਡੇ ਥਾਟਸ,
ਤੁਹਾਡੇ ਵਿਚਾਰ ਡਰਾਈ ਨੇ, ਨਹੀਂ ਪਤਾ ਲੱਗ ਰਿਹਾ ਜਿਹੜੇ ਸਾਡੇ ਵਿਚਾਰ ਅਕੀ ਨੇ? ਨਿੱਕੀ ਜਿਹੀ ਗੱਲ ਤੋਂ ਆਖ ਨਹੀਂ ਦਿੰਦਾ ਉਹਨੇ ਗੱਲ ਕੀਤੀ ਮੈਨੂੰ ਅੱਗ ਲੱਗ ਗਈ, ਵਿਚਾਰਾਂ ਵਿੱਚ ਕਿਤੇ ਡਰਾਈ ਪਾਨਿਆ ਸੁੱਕੇ ਨੇ। ਮੇਰਾ ਗੁਰੂ ਕਹਿੰਦਾ ਉਹਨਾਂ ਵਿਚਾਰਾਂ ਦੇ ਕਿਆਰਿਆਂ ਵਿੱਚ ਅੰਮ੍ਰਿਤ ਪਾ, ਤੇਰਾ ਸੁਭਾਅ ਮਿੱਠਾ ਹੋਵੇ, ਤੇਰੀ ਜਨ ਸ਼ਕਤੀ ਵਧੇ। ਆਖੋ ਵਾਹਿਗੁਰੂ, ਕੋਈ ਜੇ ਤੈਨੂੰ ਬੋਲ ਵੀ ਦਵੇ ਮਾੜਾ ਤੇ ਤੇਰੇ ਕੋਲ ਜਰਨ ਦੀ ਸ਼ਕਤੀ ਹੋਵੇ। ਜਿਸ ਤਰ੍ਹਾਂ ਆਹ ਹਰੇ ਦਰਖਤ ਖਲੋਤੇ ਆ, ਤੁਹਾਡੇ ਕੋਲ ਅੱਗ ਆ, ਤੁਸੀਂ ਇਹਨੂੰ ਅੱਗ ਲਾਓਗੇ ਨਹੀਂ ਲੱਗਣੀ, ਕਿਉਂਕਿ ਵਿੱਚ ਪਾਣੀ ਆ। ਜਿੱਦਣ ਤੁਹਾਡੇ ਵਿੱਚ ਅੰਮ੍ਰਿਤ ਹੋਇਆ, ਆਖੋ ਵਾਹਿਗੁਰੂ, ਗੱਜ ਕੇ ਬੋਲੋ, ਆਖਿਰ ਕੋਈ ਖੋਪਰੀ ਲਾਉਂਦਾ ਰਿਹਾ, ਵਿਚਾਰਾਂ ਚ ਕੀ ਸੀ? ਅੰਮ੍ਰਿਤ ਸੀ। ਤੇ ਖੋਪਰੀ ਲਾਉਣ ਵਾਲੇ ਨੂੰ ਗਾਲ ਨਹੀਂ ਕੱਢੀ, ਖੋਪਰੀ ਲਾਉਣ ਵਾਲੇ ਨੂੰ ਬੁਰਾ ਨਹੀਂ ਬੋਲਿਆ, ਕਿਉਂਕਿ ਬੁਰੇ ਬੋਲ ਉਹਦੇ ਕੋਲ ਸੀ ਨਹੀਂ। ਉਹਦੇ ਕੀ ਸੀ? ਨੱਕੋ ਨੱਕ ਕਿਆਰੇ ਭਰੇ ਪੈ ਸੀ, ਉਹਦੇ ਵਿੱਚੋਂ ਕੋਈ ਸੁੱਕੇਪਨ ਦੀ ਗੱਲ ਹੀ ਨਹੀਂ ਸੀ। ਉਹ ਖੋਪਰੀ ਲਾਉਂਦਾ ਰਿਹਾ, ਉਹ ਇਸ ਮੌਜ ਵਿੱਚ ਵਹਿੰਦਾ ਰਿਹਾ। ਉਹ ਕਹਿੰਦਾ ਮੇਰੇ ਵੱਲ ਵੇਹਣਾ ਹੈ? ਜਲਾਦ ਨੇ ਆਖਿਆ। ਭਾਈ ਤਾਰੂ ਸੋ ਕਹਿੰਦਾ ਤੇਰੇ ਵੱਲ ਕੀ ਵੇਖਣਾ, ਉਹਦੇ ਵੱਲ ਵੇਹਣਾ ਜਿਹੜਾ ਇਹ ਕੌਤਕ ਕਰ ਰਿਹਾ। ਨਹੀਂ ਪਤਾ ਲੱਗਾ ਜਿਹੜਾ ਇਹ ਕੀ ਭਲਾ ਕੌਣ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਤੈਨੂੰ ਮੈਂ ਕਹਿੰਦਾ ਸਾਂ, ਚੰਗੀ ਤਰ੍ਹਾਂ ਸਮਝ ਰਹੇ ਹੋ ਨਾ, ਤੈਨੂੰ ਮੈਂ ਕਹਿੰਦਾ ਸਾਂ ਵੀ ਤੂੰ ਕੇਸ ਕਟਾ ਦੇ, ਖੋਪਰੀ ਬਚਾ ਲਾ। ਕਹਿੰਦਾ ਜਿਹੜੀ ਮੇਰੀ ਚੀਜ਼ ਆ ਨਾ, ਇਹਨੂੰ ਬਚਾਉਣ ਦੀ ਕਹਾਣੀ ਨਹੀਂ ਗੀ, ਬਚਾਉਣੀ ਤੇ ਉਹ ਚੀਜ਼ ਆ ਜਿਹੜੀ ਗੁਰੂ ਦੀ ਆ, ਦੇ ਦੇ ਮੈਨੂੰ ਕੇਸ। ਕਹਿੰਦਾ ਤੂੰ ਖੋਪਰੀ ਲੈ ਲਾ, ਕਿਉਂਕਿ ਮੇਰੇ ਸਰੀਰ ਨਾਲ ਜੁੜੀ ਤੇ ਇਹਨੂੰ ਮੈਂ ਕਹਿ ਸਕਦਾ ਵਾ ਮੇਰੀ ਖੋਪਰੀ, ਮਗਰ ਜਿਹੜੇ ਕੇਸਾਂ ਦੀ ਤੂੰ ਗੱਲ ਕਰਦਾ ਹੈ, ਕੇਸ ਮੇਰੇ ਨਹੀਂ, ਕੇਸ ਮੇਰੇ ਗੁਰੂ ਦੇ ਨੇ। ਵਿਚਾਰਾਂ ਚ ਅੱਗ ਨਹੀਂ ਲੱਗੀ, ਖੋਪਰੀ ਲਵਾਉਂਦਾ ਹੋਇਆ ਵੀ ਫਿੱਕਾ ਨਹੀਂ ਬੋਲਿਆ। ਉਹਨਾਂ ਨੇ ਕੀ ਕੀਤਾ ਸੀ? ਅੰਮ੍ਰਿਤ ਸਿੰਚੋ ਤੇ ਭਰੋ ਕਿਆਰੇ, ਤੋ ਮਾਲੀ ਕੇ ਹੋ, ਤੋ ਮਾਲੀ ਕੌਣ? ਗੁਰੂ ਗੋਬਿੰਦ ਸਿੰਘ ਸਾਹਿਬ। ਇਹ ਸਿੱਖੀ ਦਾ ਮਾਲੀ ਕੌਣ ਆ? ਗੁਰੂ ਗੋਬਿੰਦ ਸਿੰਘ ਸਾਹਿਬ। ਜਿੱਦਣ ਤੁਹਾਡੇ ਵਿਚਾਰ ਉੱਚੇ ਸੁੱਚੇ ਧੀ ਹੋ ਜਾਣਗੇ, ਅਸੀਂ ਸਮਾਜ ਨੂੰ ਗੁਰਬਾਣੀ ਦੇ ਨਾਲ ਹੀ ਨਵਾਂ ਸਾਜਣਾ ਹੈ। ਅਸੀਂ ਪੁਰਾਣੇ ਸਮਾਜ ਦੇ ਆ, ਵੇਖਿਆ ਪਿੱਛੇ ਜੇ ਰੌਲਾ ਪਾਇਆ ਸੀ, ਅਸੀਂ ਸਨਾਤਨੀ ਹਾਂ, ਅਸੀਂ ਸਨਾਤਨੀ ਨਹੀਂ, ਅਸੀਂ ਪੁਰਾਣੇ ਨਹੀਂ, ਅਸੀਂ ਹਰ ਘੜੀ ਨਵੇਂ। ਜਿਹੜਾ ਸਾਡੇ ਘਰ ਬੱਚਾ ਜੰਮਦਾ ਹੈ ਨਾ, ਉਹ ਸਨਾਤਨੀਆਂ ਪੁਰਾਣਾ ਨਹੀਂ ਗਾ, ਉਹਦੀ ਵਿਚਾਰਧਾਰਾ ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਤੇ ਸਾਹਿਬ ਮੇਰਾ ਨੀਤ ਨਵਾਂ, ਜੇ ਨੀਤ ਨਵੇਂ ਦੇ ਪੁੱਤ ਬਣ ਕੇ ਅਸੀਂ ਜੰਮੇ ਹਾਂ ਤੇ ਅਸੀਂ ਵੀ, ਸਾਡਾ ਕਿਸੇ ਦੀ ਬੰਸਾਵਲੀ ਨਹੀਂ, ਸਾਡੇ ਪਿੱਛੇ ਕੋਈ ਬੋਲੋ ਨਾ ਬੰਸਾਵਲੀ ਤਾਂ ਬਣਦੀ ਜੇ ਅਸੀਂ ਸਰੀਰ ਦੇ ਪੁੱਤ ਹੁੰਦੇ, ਅਸੀਂ ਪੁੱਤਾਂ ਸ਼ਬਦ ਦੇ। ਆਖੋ ਵਾਹਿਗੁਰੂ ਕਾਹਦੇ ਜੀ? ਤੇ ਸ਼ਬਦ ਦੇ ਨਾ ਪੋਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨਾ ਤਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ ਹੈ, ਨਾ ਸਾਡੀ ਕੋਈ ਜਾਤ ਆ, ਨਾ ਸਾਡੀ ਕੋਈ ਪਾਤ ਆ, ਨਾ ਸਾਡਾ ਕੋਈ ਪਿਓ ਹੈ, ਨਾ ਸਾਡੀ ਕੋਈ ਮਾਂ ਬਾਪ ਹੈ, ਸਾਡਾ ਕੌਣ ਆ? ਸਭਨਾ ਕਾ ਮਾਂ ਪਿਓ ਆਪ ਹੈ, ਜੇ ਸਾਰਿਆਂ ਦਾ ਮਾਂ ਪਿਓ ਗੁਰੂ ਗ੍ਰੰਥ ਸਾਹਿਬ ਜੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਬਸਾਵਲੀ ਕੋਈ ਨਹੀਂ। ਥੋੜਾ ਜਿਹਾ ਭਾਰ ਪਾਓ, ਚੰਗੀ ਤਰ੍ਹਾਂ ਸੁਣੋ, ਗੁਰੂ ਗ੍ਰੰਥ ਸਾਹਿਬ ਦੀ ਬੰਸਾਵਲੀ ਕੀ ਬਣਾਓਗੇ? ਇਹ ਤੁਹਾਨੂੰ ਗੁਰੂ ਨਾਨਕ ਸਾਹਿਬ ਨਾਲ ਜੋੜ ਕੇ ਕਹਿੰਦੇ ਤੁਸੀਂ ਬੇਦੀ ਹੋ, ਤੁਸੀਂ ਹਿੰਦੂ ਜੇ ਰਾਮਚੰਦਰ ਚੋਂ ਆਏ ਹੋ, ਤੇ ਸਾਡੇ ਬੰਦੇ ਖਰੀਦ ਕੇ ਉਹਨਾਂ ਦੇ ਮੂੰਹੋਂ ਕਢਾਇਆ ਜਾਂਦਾ ਵੀ ਅਸੀਂ ਹਿੰਦੂਆਂ ਚੋਂ ਹੀ ਆਏ ਹਾਂ। ਆਖੋ ਵਾਹਿਗੁਰੂ
ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਮੈਂ ਹੈਰਾਨ ਹਾਂ ਹਿੰਦੂ ਤੁਰਕ ਕਹਾਂ ਤੇ ਆਏ। ਇੱਕ ਵਾਰ ਬੋਲੋ, ਭਾਰ ਪਾ ਕੇ ਬੋਲੋ, ਤੇ ਕਿਹਨੇ ਰਾਹ ਚਲਾਈ, ਕੀ ਨੇ ਭਲਾ? ਕੁਐਸਚਨ ਦੋ ਨੇ, ਕਿੱਥੋਂ ਆਏ ਨੇ ਦੋਵੇਂ, ਕੋਈ ਖਬਰ ਨਹੀਂ। ਇਹ ਰਸਤੇ ਕਿੰਨੇ ਚਲਾਏ ਨੇ ਹਿੰਦੂ ਦੇ ਤੇ ਤੁਰਕ ਦੇ, ਕਿਹਨੇ? ਇਸ ਕਰਕੇ ਅਸੀਂ ਸਨਾਤਨੀਏ ਨਹੀਂ, ਆਖੋ ਵਾਹਿਗੁਰੂ। ਸਾਡਾ ਇੱਕ ਬਹੁਤ ਵੱਡਾ ਕਥਾਵਾਚਕ ਕਹਿਣ ਡਿਆ ਸੀ, ਅਬ ਮਨ ਉਲਟ ਸਨਾਤਨ ਹੁਆ। ਅਬ ਮਨ ਇਹਦਾ ਅਰਥ ਕੀ ਹੁੰਦਾ? ਨਹੀਂ, ਪਹਿਲੇ ਸੁਭਾਅ ਵਾਲਾ ਜਦੋਂ ਰੱਬ ਦੇ ਘਰੋਂ ਆਇਆ ਨਾ, ਇਹਦਾ ਇੱਕ ਬੜਾ ਮਨ ਦਾ ਸ਼ੁੱਧ ਸੀ, ਨਿੱਕੇ ਜਿਹੇ ਬੱਚੇ ਚ ਕੋਈ ਪਾਪ ਨਹੀਂ ਪੁੰਨ ਨਹੀਂ। ਹੁਣ ਮੇਰਾ, ਕਬੀਰ ਕਹਿੰਦਾ, ਹੁਣ ਮੇਰਾ ਮਨ ਇੱਥੋਂ ਨਿੰਦਾ ਚੁਗਲੀ ਕਰਦਾ 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 ਸਨਾਤਨ ਜਿਤਨ ਦਾ ਪਹਿਲੋਂ ਸੀ, ਜਦੋਂ ਜੰਮ ਕੇ ਆਇਆ ਸੀ ਕਿਸੇ ਦੀ ਨਿੰਦਾ ਕਰਦਾ ਸੀ? ਬੋਲੋ ਜੀ, ਕਿਸੇ ਦੀ ਚੁਗਲੀ ਕਰਦਾ ਸੀ? ਭਗਤੀ ਕਰਦਿਆਂ ਕਰਦਿਆਂ ਮੇਰਾ ਮਨ, ਮੇਰਾ ਵਿਚਾਰ ਫਿਰ ਉਹੋ ਜਿਹਾ ਹੋ ਗਿਆ ਜਦੋਂ ਮੈਂ ਜੰਮ ਕੇ ਆਇਆ ਸਾਂ। ਨਾ ਕੋਈ ਨਿੰਦਾ ਸੀ, ਨਾ ਕੋਈ ਚੁਗਲੀ ਸੀ, ਨਾ ਕੋਈ ਦੂਈ, ਨਾ ਕੋਈ ਦੁਸ਼ਮਣ, ਕੁਛ ਨਹੀਂ ਸੀ ਹੈਗਾ। ਮੇਰਾ ਮਨ ਉਲਟ ਕੇ ਫਿਰ ਉੱਥੇ ਆ ਗਿਆ। ਪਤਾ ਲੱਗਾ ਕਿ ਨਹੀਂ? ਬੋਲੋ, ਹੱਥ ਖੜਾ ਕਰੋ, ਕਿਹਨੂੰ ਕਿਹਨੂੰ ਲੱਗ ਗਿਆ? ਸ਼ਾਬਾਸ਼ ਸ਼ਾਬਾਸ਼, ਐਵੇਂ ਨਾ ਕਰਨਾ। ਹਾਂ ਠੀਕ ਆ, ਠੀਕ ਆ, ਧੀਓ ਤੁਹਾਨੂੰ, ਉਹ ਮੇਰੀ ਬੱਚੀ ਨੂੰ ਲੱਗਾ ਕੋਈ ਪਤਾ? ਬੋਲੋ, ਨਹੀਂ ਤੇਰੇ ਕੋਲ ਬੈਠੀ ਮੇਰੀ ਧੀ, ਪਤਾ ਲੱਗਾ ਕਿ ਨਹੀਂ? ਸਾਡਾ ਮਨ, ਬਾਣੀ ਇਹ ਕਹਿੰਦੀ ਵੀ ਜਦੋਂ ਅਸੀਂ ਸਿਮਰਨ ਸ਼ੁਰੂ ਕੀਤਾ, ਇਹ ਗੰਧਲਾ ਹੋ ਗਿਆ ਸੀ ਮਨ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ। ਮੈਂ ਵੀ ਨਿੰਦਾ ਕਰਨ ਲੱਗ ਪਿਆ, ਚੁਗਲੀ ਕਰਨ ਲੱਗ ਪਿਆ, ਵਕਾਰੀ ਹੋ ਗਿਆ, ਕਿਸੇ ਨਾਲ ਈਰਖਾ ਕਰਨ ਲੱਗ ਪਿਆ। ਇਹ ਮੇਰੇ ਮਨ ਦੀ ਤਸਵੀਰ ਬਦਲ ਗਈ ਸੀ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ। ਹੁਣ ਮੈਂ ਸਿਮਰਨ ਕਰਨਾ ਸ਼ੁਰੂ ਕੀਤਾ ਤੇ ਮੇਰਾ ਮਨ ਪਹਿਲੇ ਸਰੂਪ ਚ ਆ ਗਿਆ। ਇਹਦਾ ਅਰਥ ਤੇ ਇਹ ਆ ਤੇ ਸਾਡਾ ਕਥਾਵਾਚਕ ਟੋਪ ਕਲਾਸ ਦਾ ਕਥਾਵਾਚਕ ਕਹਿ ਰਿਹਾ ਸੀ। ਉੱਥੋਂ ਗੱਲ ਚੱਲ ਰਹੀ ਸੀ ਨਾ ਉਹਨਾਂ ਦਿਨਾਂ ਵਿੱਚ, ਸਨਾਤਨੀ ਸਨਾਤਨੀ ਸਨਾਤਨੀ। ਉਹਨੇ ਕਿਹਾ ਜੀ ਬਾਣੀ ਚ ਲਿਖਿਆ ਹੈ ਅਬ ਮਨ ਉਲਟ ਸਨਾਤਨ ਹੁਆ, ਸਨਾਤਨ ਦਾ ਸਾਡੇ ਨਾਲ ਸੰਬੰਧ ਆ। ਮੈਂ ਇਹ ਕਹਿਣਾ ਚਾਹੁੰਦਾ, ਉਸ ਗੱਲ ਨੂੰ ਫੜ ਲਓ, ਮੈਂ ਅੱਜ ਦੇ ਪਦੇ ਦੀ ਵਿਚਾਰ ਕਰਾਂ। ਇਹ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਸਾਡੀ ਬੰਸਾਵਲੀ ਕੋਈ ਨਹੀਂ, ਅਸੀਂ ਕਿੱਥੋਂ ਆਏ ਹਾਂ? ਅਸੀਂ ਸ਼ਬਦ ਵਿੱਚੋਂ ਨਿਕਲੇ ਹਾਂ, ਸ਼ਬਦ ਨਵਾਂ ਹੈ, ਸ਼ਬਦ ਦੀ ਕੋਈ ਜਾਤ ਨਹੀਂ ਕਿ ਹੈਗੀ ਕੋਈ ਚੱਕਰ ਚੇਨ। ਅਰ ਵਰਨ ਜਾਤ ਅਰ ਪਾਤ ਨਹੀਂ ਜੇ ਰੂਪ ਰੰਗ ਅਰ ਰੇਖ ਭੇਖ ਕੋ, ਇਹਦਾ ਤੇ ਕੋਈ ਵਰਨ ਨਹੀਂ, ਜਾਤ ਨਹੀਂ। ਜਿਹਦੇ ਅਸੀਂ ਪੋਤਾਂ, ਫਿਰ ਅਸੀਂ ਕਿਤਨਾ ਸਨਾਤਨੀ ਹੋ ਗਏ, ਅਸੀਂ ਹਿੰਦੂ ਕਿਤਨਾ ਹੋ ਗਏ, ਅਸੀਂ ਮੁਸਲਮਾਨ ਕਿਤਨਾ ਹੋ ਗਏ? ਤੁਸੀਂ ਆਪਣੇ ਖਜ਼ਾਨੇ ਨੂੰ ਪਿਓ ਦਾਦੇ ਦੇ ਨੂੰ ਖੋਲ ਕੇ ਨਹੀਂ ਵੇਖਿਆ ਵੀਰ ਜੀ? ਗਿਆਨੀਆਂ ਕੋਲੋਂ ਕਥਾ ਸੁਣੀ, ਗਿਆਨੀਆਂ ਨੇ ਉਲਟ ਸੁਣਾਤੀ, ਆਖੋ ਵਾਹਿਗੁਰੂ। ਨਾਲੇ ਭਰ ਭਰ ਕੇ ਠੋਲਿਆਂ ਦੇ ਠੋਲੇ ਰੁਪਈਏ ਖੜੇ, ਨਾਲੇ ਕਥਾ ਉਹ ਕਿਉਂ ਸੁਣਾਈ ਭਲਾ? ਤੁਸੀਂ ਦੱਸੋ, ਪੜ੍ਹੇ ਲਿਖੇ ਕਿਉਂ ਸੁਣਾਈ? ਸਾਨੂੰ ਨਹੀਂ ਸੀ ਪਤਾ, ਨਹੀਂ ਤੇ ਮੈਨੂੰ ਉੱਠਦੇ ਨੂੰ ਬਾਹਰ ਜਾ ਕੇ ਬਾਹੋਂ ਫੜ ਲੈਂਦੇ ਹੋ ਵੀ ਭਾਈ ਜੀ ਆ ਜੋ ਤੁਸੀਂ ਗੱਲ ਸੁਣਾਈ ਹੈ ਕਿੱਥੇ ਸਿੱਧ ਕਰ, ਚਲੋ ਗੁਰਬਾਣੀ ਦੇ ਨਾਲ ਸਿੱਧ ਕਰਕੇ ਵਿਖਾਓ, ਮੋਹਰ ਲਾਓ ਬਾਣੀ ਦੀ ਵੀ ਜੋ ਤੁਸੀਂ ਸੁਣਾਇਆ ਬਾਣੀ ਚ ਲਿਖਿਆ ਕਿਤੇ। ਆਪੇ ਹੀ ਕਿਸੇ ਦੀ ਇੱਜ਼ਤ ਨਾ ਪੈਂਦੀ ਵੀ ਇਸ ਸਟੇਜ ਤੇ ਬਹਿ ਕੇ ਕੋਈ ਗਲਤ ਗੱਲ ਕਰਦਾ। ਮੇਰਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਨ ਨਾਨਕ ਕੋ ਗੁਰ ਕਿਰਪਾ ਕੀਨੀ ਜਪ ਹਰ ਪਬ ਜਲ ਤਰਨਾ। ਦਵਾਈ ਕੀ ਦਿੱਤੀ ਆ? ਜਪ ਹਰ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਜਿਉਂਦੇ ਰਹੋ, ਜਿਉਂਦੇ ਰਹੋ। ਇਹਦੇ ਲਈ ਸੰਗਤ ਕਰੀ ਦੀ ਆਖਰ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਕੱਲ ਆਪਾਂ ਅਸ਼ਟਪਦੀ ਪੜ੍ਹੀ ਤੇ ਪਹਿਲਾ ਪਦਾ ਪੜਿਆ ਸੀ, ਬੰਸਾਵਲੀ ਵੰਸ਼ ਚੋਂ, ਕਿਹੜੀ ਵੰਸ਼ ਚੋਂ ਆਪਾਂ ਪਤਾ ਲੱਗ ਗਿਆ ਬੰਸਾਵਲੀ ਦਾ ਮਤਲਬ ਹੁੰਦਾ ਬਈ ਸਾਡਾ ਪਿੱਛਾ ਕਿਹੜੀ ਵੰਸ਼ ਨਾਲ ਜਾ ਕੇ ਜੁੜਦਾ ਹੈ। ਤੇ ਜਿੰਨਿਆਂ ਸੰਤਾਂ ਉਹ ਪਟਨਾ ਸਾਹਿਬ ਵਾਲੇ ਹੈੱਡ ਗ੍ਰੰਥੀ ਜਥੇਦਾਰ ਕੋਲੋਂ ਦੂਸਰਿਆਂ ਕੋਲੋਂ ਅਖਵਾਉਂਦੇ ਆ, ਇਹ ਕਹਿੰਦੇ ਵੀ ਸਾਡੀ ਵੰਸ਼ ਜਾ ਕੇ ਗੁਰੂ ਨਾਨਕ ਨਾਲ ਜੁੜਦੀ, ਉਹ ਬੇਦੀ ਸੀ, ਉਹ ਵੰਸ਼ ਜਾ ਕੇ ਰਾਮਚੰਦਰ ਨਾਲ ਮਿਲਦੀ ਸੀ, ਇਸ ਕਰਕੇ ਸਾਡਾ ਮੁੱਢ ਕੀ ਆ ਰਾਮਚੰਦਰ। ਨਾ ਸਾਡੀ ਕੋਈ ਬੰਸਾਵਲੀ ਨਹੀਂ, ਅਸੀਂ ਤਾਂ ਸਾਂ ਜੇ ਗੁਰੂ ਨਾਨਕ ਵਿੱਚੋਂ ਪੈਦਾ ਹੋਏ ਹਾਂ। ਗੁਰੂ ਨਾਨਕ ਨੇ ਉਸ ਗੱਲ ਦੀ ਵਿਆਖਿਆ ਕੀਤੀ ਜਿੱਥੋਂ ਅਸੀਂ ਪੈਦਾ ਹੋਏ ਹਾਂ, ਅਸੀਂ ਸ਼ਬਦ ਵਿੱਚੋਂ ਪੈਦਾ ਹੋਏ ਹਾਂ। ਬੋਲੋ ਜੀ, ਆਪਣੇ ਆਪ ਨੂੰ ਗੁਰੂ ਕਿਹਾ? ਕੀ ਕਿਹਾ? ਸ਼ਬਦ ਗੁਰੂ ਸੁਰਤ ਤੋਂ ਚੇਲਾ। ਦੁਨੀਆਂ ਨੂੰ ਆਣ ਕੇ ਦੱਸਿਆ ਦੁਨੀਆਂ ਦੇ ਲੋਕੋ, ਇੱਥੇ ਨਾ ਸਰੀਰ ਗੁਰੂ ਆ ਨਾ ਸਰੀਰ ਸਿੱਖ ਆ। ਇਹ ਵੀ ਗੱਲ ਨੋਟ ਕਰਿਓ, ਜਿਹੜੇ ਚੇਤਨ ਵਾਲੇ ਪਤਾ ਜੇ ਤੁਹਾਨੂੰ ਤੇ ਪਤਾ ਹੋਊ ਕਵੀ ਹੋ, ਸੁਣੋ, ਇਸ ਘਰ ਵਿੱਚ ਨਾ ਸਰੀਰ ਗੁਰੂ ਆ ਤੇ ਨਾ ਸਰੀਰ ਸਿੱਖ ਆ, ਇੱਥੇ ਸ਼ਬਦ ਗੁਰੂ ਆ ਤੇ ਸੁਰਤ ਸਿੱਖ ਆ। ਖੇਲ ਤੇ ਇੰਨਾ ਸੀ, ਖਿਲਾਰੇ ਪਾਉਣ ਦੀ ਜ਼ਰੂਰਤ ਹੀ ਨਹੀਂ ਸੀ। ਕਿੰਨਾ ਜੇ ਤੁਹਾਨੂੰ ਦੋ ਗੱਲਾਂ ਦਾ ਪਤਾ ਹੋਵੇ ਤੇ ਤੁਸੀਂ ਬਹੁਤੇ ਰੌਲੇ 'ਚ ਨਹੀਂ ਪਾਓਗੇ। ਉਹ ਸਾਡੇ ਤੱਕ ਨਹੀਂ ਪਹੁੰਚਾਇਆ, ਉਹ ਸਾਨੂੰ ਫੂਡ ਨਹੀਂ ਦਿੱਤਾ ਜਿਸ ਭੋਜਨ ਨਾਲ ਅਸੀਂ ਤਗੜੇ ਹੋਣਾ ਸੀ। ਜਿਹੜੇ ਸਾਡੇ ਵੱਡੇ ਵਡੇਰਿਆਂ ਨੇ ਖਾਧਾ, ਭਾਈ ਮਨੀ ਸਿੰਘ ਸਾਹਿਬ ਹੋਣਾ, ਭਾਈ ਜੱਸਾ ਸਿੰਘ ਆਲੂਵਾਲੀਆ, ਭਾਈ ਜੱਸਾ ਸਿੰਘ ਰਾਮਗੜੀਆ, ਇਹੋ ਜਿਹੇ ਗੁਰੂ ਕੇ ਸਿੱਖ ਜਿਹਦੇ ਨਾਲ ਬਲਵਾਨ ਆਤਮਾ ਹੋਈਆਂ ਸੀ ਨਾ, ਉਹ ਫੂਡ ਹੀ ਮਿਲਣੋਂ ਅਟ ਗਿਆ। ਸ਼ਬਦ ਤੇ ਸੁਰਤ ਦਾ, ਸ਼ਬਦ ਤੇ ਸੁਰਤ ਦੀ ਗੱਲ ਹੀ ਕਰਨੋਂ ਲੋਕ ਅਟ ਗਏ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਪ ਹਰ ਪਵਜਲ ਤਰਨ। ਕੱਲ ਤੁਸੀਂ ਵਿੱਚ ਬੋਲ ਪਏ ਸੋ, ਚਲੋ ਚੰਗਾ ਕੀਤਾ ਪੁੱਛ ਲਿਆ, ਹੁਣ ਪਤਾ ਲੱਗ ਗਿਆ ਬੰਸਾਵਲੀ ਕਿਹਨੂੰ ਕਹਿੰਦੇ। ਬੰਸ ਬੰਸ ਚੋਂ ਕਿਹੜੇ ਚੋਂ ਜੇ ਤੁਸੀਂ, ਕਿਹੜੇ ਬੰਸ ਚੋਂ ਜੇ? ਕੱਲ ਇਹ ਆਪਾਂ ਪੜਿਆ ਸੀ ਸੱਤ ਪੁਰਖ ਜਿਨ ਜਾਣਿਆ ਸਤਿਗੁਰ ਤੇ। ਉੱਚੀ ਬੋਲਿਆ ਕਰੋ, ਇੱਥੇ ਆ ਜਾਓਗੇ, ਇੱਥੇ ਆ ਜਾਓਗੇ ਤੇ ਤੁਸੀਂ ਕਹੋ ਅਸੀਂ ਇੱਥੇ ਬੈਠੇ ਨਾ, ਕਿਤੇ ਮੇਰਾ ਗੁਰੂ ਸ਼ੀਸ਼ਾ ਲਾ ਕੇ ਵੇਖੇ, ਕਿਤੇ ਨਾ ਕਿਤੇ ਸਾਰੇ ਹੀ ਭੱਜੇ ਫਿਰਨ ਡੇ ਆ, ਸਰੀਰ ਇੱਥੇ ਬੈਠਾ ਹੈ, ਆ ਘੁੰਮਦੇ ਕਿ ਨਹੀਂ? ਬੋਲੋ ਨਾ, ਸੱਚ ਦੱਸੋ। ਇੱਕ ਮਿੰਟ ਵਿੱਚ ਖੇਨੇ ਆਵੇ ਤਿਲ ਜਾਵੇ, ਇੱਕ ਮਿੰਟ ਚ ਆਇਆ ਫਿਰ ਭੱਜ ਗਿਆ, ਕਿਤੇ ਟਿਕਣਾ ਸੌਖੀ ਸੌਖੀ ਜੀ ਗੱਲ ਥੋੜੀ। ਅੱਜ ਵਾਲਾ ਜਿਹੜਾ ਪਤਾ ਹੈ ਪਹਿਲਾ ਕਰਕੇ ਸਤਿਗੁਰ ਸਿੱਖ ਕੀ ਕਰੇ, ਇਹ ਕੱਲ ਆਪ ਜੀ ਨੇ ਸੁਣ ਲਿਆ, ਹੁਣ ਅੱਜ ਦਾ ਹੈ, ਇਹ ਤੁਹਾਡੇ ਲਈ ਆ। ਤੁਸੀਂ ਪ੍ਰਧਾਨ ਹੋ, ਕੋਈ ਸੈਕਟਰੀ ਸਾਹਿਬ ਵੀ ਬੈਠੇ ਇੱਥੇ, ਇੱਕ ਮਿੰਟ ਸੁਣੋ ਸੁਣੋ ਸੁਣੋ, ਉਹ ਗੱਲ ਤੇ ਆਓ। ਸੈਕਟਰੀ ਸਾਹਿਬ ਵੀ ਬੈਠੇ, ਸੁਣੋ ਅਗਲੀ ਕਹਾਣੀ ਸੁਣੋ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਬੋਲੋ ਭਲਾ, ਗ੍ਰਹਿ ਨਹੀਂ ਗ੍ਰਹਿ। ਬਹੁਤੀ ਵਾਰ ਆਪਾਂ ਸ਼ਬਦ ਕਾ ਪੜ੍ਹਦੇ ਹਾਂ ਗ੍ਰਹਿ, ਗੱਗੇ ਨੂੰ ਸਿਹਾਰੀ ਆ ਪੈਰ ਵਿੱਚ ਰਾਰਾ ਹੈ ਤੇ ਹਾ ਹਾ ਹੈ, ਗ੍ਰਹਿ ਆ ਪਾਠ। ਪਹਿਲੀ ਗੱਲ ਤੇ ਪਾਠ ਦਾ ਉਚਾਰਨ ਹੀ ਗਲਤ ਹੋ ਗਿਆ, ਉਹਦਾ ਅਰਥ ਕੀ ਬਣਨਾ ਹੈ?
ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਜਿਹੜਾ ਗੁਰੂ ਆਹ ਕੀ ਆ, ਗੁਰੂ ਦਾ ਗ੍ਰਹਿ ਆ, ਗ੍ਰਹਿ ਆ ਗੁਰੂ ਦਾ ਘਰ ਆ। ਇੱਥੇ ਹੁਣ ਇੱਕ ਸੇਵਕ ਬਣ ਕੇ ਜੇ ਕੋਈ ਤੁਸੀਂ ਇਹਨਾਂ ਨੂੰ ਸੇਵਾ ਦਿੱਤੀ, ਮੁੱਖ ਸੇਵਾਦਾਰ ਦੀ, ਆਖੋ ਵਾਹਿਗੁਰੂ। ਇੱਕ ਨੂੰ ਸੈਕਟਰੀ ਸਾਹਿਬ ਦੀ ਦਿੱਤੀ ਹੋਊ, ਇੱਕ ਨੂੰ ਛੋਟੇ ਸੈਕਟਰੀ, ਸਮਝ ਲਿਆ ਤੁਸੀਂ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਉਹਦਾ ਸਭ ਤੋਂ ਪਹਿਲੋਂ ਪਰਮ ਧਰਮ ਆ ਤੁਹਾਡਾ, ਵੀ ਗੁਰ ਕੀ ਆਗਿਆ ਮਨ ਮੈਂ ਮਨ ਵਿੱਚ ਸਵੇ, ਵੀ ਸੇਵਕ ਕਿਤਰਾਂ ਦਾ ਹੋਣਾ ਚਾਹੀਦਾ, ਸੇਵਕ ਦੀ ਡਿਊਟੀ ਕੀ ਹੈ। ਤੇ ਅਗਲੀ ਗੱਲ ਆਖਿਆ, ਆਪਸ ਕੋ ਕਰ ਨਹੀਂ ਆਉਂਦੀ ਬਾਣੀ, ਆਪਸ ਕੋ ਕਰ। ਮਗਰ ਇੱਥੇ ਇਸ ਤਰ੍ਹਾਂ ਦਾ ਕੋਈ ਤੁਹਾਨੂੰ ਕਦੀ ਬੰਦਾ ਮਿਲਿਆ ਜਿਹੜਾ ਆਪਣੇ ਆਪ ਨੂੰ ਕੁਛ ਨਾ ਸਮਝਦਾ ਹੋਵੇ, ਕੁਛ ਨਾ ਸਮਝਦਾ ਹੋਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਸੰਗਤ ਆਈ ਕਿੱਧਰ ਭੱਜਿਆ ਫਿਰਦਾ, ਸੰਗਤ ਆਈ ਕਾਬਲ ਤੋਂ। ਤਿੰਨ ਦਿਨ ਹੋ ਗਏ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਨਹੀਂ ਹੋਏ। ਧਿਆਨ ਨਾਲ ਸੁਣਿਓ ਜੀ, ਗੁਰੂ ਅਰਜਨ ਦੇਵ ਸਾਹਿਬ ਦੇ ਰੋਣ ਲੱਗ ਪਏ ਸਿੱਖ, ਵੀ ਤਿੰਨ ਦਿਨ ਤੋਂ ਕਾਬਲ ਤੋਂ ਚੱਲ ਕੇ ਹਰਿਮੰਦਰ ਸਾਹਿਬ ਆਏ ਹਾਂ ਤੇ ਦਰਸ਼ਨ ਨਹੀਂ ਹੋਏ। ਰੋਂਦੀ ਹੋਈ ਵੀ ਬੁਰਲਕਦੀ ਹੋਈ ਸਾਧ ਸੰਗਤ ਨੂੰ ਬਾਬਾ ਬੁੱਢਾ ਸਾਹਿਬ ਜੀ ਮਿਲ ਗਏ। ਬੜੇ ਠਰਾਲ ਨਾਲ ਆਪ ਜੀ ਨੂੰ ਕਹਿਣ ਡਿਆ ਵੀ ਸਮਝਣ ਦੀ ਕੋਸ਼ਿਸ਼ ਕਰੋ। ਬਾਬਾ ਬੁੱਢਾ ਸਾਹਿਬ ਮਿਲ ਪਏ। ਬਾਬਾ ਬੁੱਢਾ ਸਾਹਿਬ ਨੇ ਆਖਿਆ ਵੀ ਇਸ ਘਰ ਵਿੱਚ ਜਿਹੜਾ ਰੋਵਤ ਜਾਏ ਸੋ ਹੱਸੇ, ਬਾਣੀ ਪੜ੍ਹੋ ਭਲਾ, ਜਿਹੜਾ ਗੁਰੂ ਨਾਨਕ ਦੇ ਘਰ ਰੋਂਦਾ ਜਾਂਦਾ ਉਹ ਹੱਸਣ ਲੱਗ ਪੈਂਦਾ, ਤੁਸੀਂ ਇੱਥੇ ਆਏ ਹੋ ਤੇ ਰੋਣ ਡਏ ਹੋ। ਕਹਿੰਦੇ ਰੋਈਏ ਕਿਉਂ ਨਾ, ਤਿੰਨ ਦਿਨ ਹੋ ਗਏ ਨੇ, ਜਿਸ ਮਹਿਬੂਬ ਜਿਸ ਮਾਲਕ ਦੇ ਦਰਸ਼ਨ ਕਰਨ ਆਏ ਸਾਂ, ਦਰਸ਼ਨ ਨਹੀਂ ਹੋਏ। ਆਖੋ ਵਾਹਿਗੁਰੂ। ਬਾਬਾ ਜੀ ਕਹਿੰਦੇ ਆਓ ਮੈਂ ਆਪ ਜੀ ਨੂੰ ਮਿਲਾਉਣਾ। ਸੰਗਤ ਨੇ ਤਰਵਾਸ ਬੱਧੀ ਵੀ ਬਾਬਾ ਬੁੱਢਾ ਸਾਹਿਬ ਬੜੇ ਕਰਨੀ ਦੇ ਮਾਲਕ ਨੇ, ਝੂਠ ਨਹੀਂ ਬੋਲਦੇ, ਮਿਲਾਉਣਗੇ। ਕੋਈ ਆਣ ਮਿਲਾਵੇ ਮੇਰਾ ਹਾਂ, ਤਿਸ ਪੈ ਆਪ ਵਿਚਾਈ, ਮੈਂ ਆਪਣੇ ਆਪ ਨੂੰ ਉਹਦੇ ਅੱਗੇ ਵੇਚ ਦਵਾਂ ਜਿਹੜਾ ਮੇਰੇ ਪ੍ਰੀਤਮ ਪਿਆਰੇ ਨੂੰ ਮਿਲਾ ਦੇਵੇ। ਬਾਹੋਂ ਫੜਿਆ ਇੱਕ ਸਿੱਖ ਆਗੂ ਜਿਹੜਾ ਸੰਗਤ ਦਾ ਸੀ ਉਹਨੂੰ, ਤੇ ਚਲੇ ਗਏ ਦਰਸ਼ਨੀ ਜੋੜੀ ਦੇ ਸਾਹਮਣੇ। ਮਤਲਬ ਇਹ ਕਹਿਣ ਲੱਗਾ ਵੀ ਆਪਸ ਕੋ ਕਰ ਕੱਛ ਨਾ ਜਨਾਵੇ। ਇੱਥੇ ਤੇ ਵੇਖੋ ਨਾ, ਇਹ ਤੇ ਚੰਗੇ ਗੁਰਮੁਖ ਬੰਦੇ ਆ, ਇਹਨਾਂ ਦੇ ਪਿਆਰ ਸਦਕਾ ਹੀ ਤੁਹਾਡੇ ਮੈਨੂੰ ਦਰਸ਼ਨ ਹੋ ਗਏ ਨੇ। ਇੱਕ ਦਿਨ ਪਿਛਲੀ ਵਾਰ ਕਥਾ ਕਰਕੇ ਗਿਆ ਸਾਂ ਇੱਥੇ, ਇਹਨਾਂ ਨੇ ਕਿੰਨੇ ਫੋਨ ਕੀਤੇ, ਕਿੰਨਾ ਰਾਬਤਾ ਕਾਇਮ ਰੱਖਿਆ ਵੀ ਭਾਈ ਸਾਹਿਬ ਜਦੋਂ ਤੁਸੀਂ ਕੈਨੇਡਾ ਆਓ ਸਾਡੇ ਕੋਲ ਜ਼ਰੂਰ ਆਇਓ। ਇਹ ਵੀ ਇੱਕ ਭੁੱਖ ਹੁੰਦੀ, ਕੌਣ ਸੁਣਦਾ ਹੈ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਵਾਹਿਗੁਰੂ। ਬਾਹ ਫੜ ਕੇ ਜਾ ਕੇ ਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੋ ਜਹਾਨ ਦੇ ਮਾਲਕ ਦੇ ਸਾਹਮਣੇ ਜਾ ਕੇ ਆਖਿਆ, ਆ ਬੈਠੇ ਜੇ ਗੁਰੂ ਸਾਹਿਬ। ਹੁਣ ਸੰਗਤ ਦੇ ਮੂੰਹ ਚ ਉਂਗਲਾ ਸੀ ਵੀ ਇਹ ਤੇ ਕੋਈ ਸਾਦਾ ਸਿੱਖ ਜੋੜੇ ਚਾੜ ਰਿਹਾ ਸੰਗਤ ਦੇ, ਨਹੀਂ ਪਤਾ ਲੱਗਾ ਇਹ ਗੁਰੂ ਕਿਤਨਾ ਹੋ ਸਕਦਾ ਹੈ। ਕੋਈ ਪਤਾ ਲੱਗਾ ਇਹ ਗੁਰੂ ਤੇ ਬੈਠਾ ਹੁੰਦਾ ਤਖ਼ਤ ਦੇ ਉੱਤੇ, ਚੌਰ ਹੋ ਰਿਹਾ ਹੁੰਦਾ, ਲੱਤਾਂ ਘਟਾਉਣ ਡਿਆ ਹੁੰਦਾ, ਕਈ ਕੁਝ ਕਰ ਰਿਹਾ ਹੁੰਦਾ, ਗੁਰੂ ਤੇ ਇਤਨਾ ਹੁਣ ਹੈਗੇ ਕਿ ਨਹੀਂ ਬੋਲੋ। ਆਖੋ ਵਾਹਿਗੁਰੂ। ਆਸਣ ਵੱਖਰੇ, ਕਮਰੇ ਵੱਖਰੇ, ਗੱਡੀਆਂ ਵੱਖਰੀਆਂ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਇਹ ਜੋੜੇ ਝਾੜ ਰਿਹਾ, ਇਹ ਜੋੜੇ ਝਾੜ ਰਿਹਾ ਤੇ ਬਾਬਾ ਬੁੱਢਾ ਸਾਹਿਬ ਦੀਆਂ ਡਾਢਾਂ ਨਿਕਲ ਗਈਆਂ।
ਬਾਬਾ ਬੁੱਢਾ ਸਾਹਿਬ ਨੇ ਆਖਿਆ, ਸਤਿਗੁਰੂ ਜੀ ਅਸੀਂ ਜੋ ਹੈਗੇ ਹਾਂ ਸੰਗਤ ਦੇ ਜੋੜੇ ਚੜ੍ਹ ਨੂੰ, ਤੁਸੀਂ ਏਡੇ ਵੱਡੇ ਸਤਿਗੁਰੂ ਹੋ ਕੇ ਪ੍ਰਤੱਖ ਹਰ ਹੋ ਕੇ ਅਤੇ ਤੁਸੀਂ ਜੋੜੇ ਚੜ੍ਹ ਰਹੇ ਹੋ। ਅਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਆਖਿਆ, ਬੁੱਢਿਆ ਮੇਰੇ ਕੋਲ ਆ। ਬਾਬਾ ਜੀ ਨੂੰ ਕਿਹਾ ਮੇਰੇ ਕੋਲ ਆ, ਕੋਲ ਸੱਦ ਲਿਆ, ਸਿਰ 'ਤੇ ਹੱਥ ਰੱਖਿਆ, ਕਿੰਨੇ ਸਾਰੇ ਬੋਲੋ, ਸਿਰ 'ਤੇ ਹੱਥ ਰੱਖ ਕੇ ਆਖਿਆ, ਆਹ ਜਿਹੜੇ ਬੈਠੇ ਆ ਸਾਰੇ ਖਲੋਤੇ ਆ ਨਾ ਜਿਹੜੇ ਆਏ ਨੇ ਹਰਿਮੰਦਰ ਸਾਹਿਬ, ਇਹਨਾਂ ਦੇ ਮੂੰਹ ਵੱਲ ਵੇਖ, ਇੱਕ ਵਾਰ ਵੇਖਿਆ ਬਾਬਾ ਬੁੱਢਾ ਸਾਹਿਬ ਨੇ, ਅਤੇ ਹਰ ਸੰਗਤ ਦੇ ਪ੍ਰਾਣੀ ਦੇ ਮੂੰਹ ਤੋਂ ਗੁਰੂ ਨਾਨਕ ਦੇ ਦਰਸ਼ਨ ਹੋਏ। ਹਰ ਸੰਗਤ ਦੇ ਜਿੰਨੇ ਪ੍ਰਾਣੀ ਆਏ ਨੇ ਹਰ ਇੱਕ ਦੇ ਮੂੰਹ ਦੇ ਉੱਤੋਂ ਇਤਨਾ ਲੱਗਾ ਜੇ ਕੋਈ ਗੁਰੂ ਨਾਨਕ ਸਾਹਿਬ ਖਲੋਤੇ। ਮਹਾਰਾਜ ਹਰ ਇੱਕ ਪ੍ਰਾਣੀ ਦੇ ਮੂੰਹ 'ਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਆ ਰਹੀ ਆ, ਗੁਰੂ ਨਾਨਕ ਸਾਹਿਬ ਦਾ ਨੂਰ ਝਲਕ ਰਿਹਾ ਹੈ ਸਤਸੰਗਤ 'ਚ ਜਿੰਨੇ ਲੋਕ ਆਏ ਨੇ। ਦੱਸ ਫਿਰ ਮੈਂ ਕਿਹਦੇ ਜੋੜੇ ਸਾਫ ਕਰ ਰਿਹਾ, ਪਤਾ ਲੱਗਾ ਕਿ ਨਹੀਂ, ਬੋਲੋ ਨਾ। ਦੱਸ ਫਿਰ ਮੈਂ, ਤੂੰ ਤਾਂ ਮੈਨੂੰ ਕਹਿੰਦਾ ਵੀ ਤੁਸੀਂ ਸੰਗਤ ਦੇ ਜੋੜੇ ਨਾ ਸਾਫ ਕਰੋ। ਜੇ ਗੁਰੂ ਅਰਜਨ ਦੇਵ ਸਾਹਿਬ ਆਪਣੇ ਆਪ ਨੂੰ ਕੁਛ ਨਹੀਂ ਜਣਾਉਂਦੇ ਤੇ ਕਿੰਨਾ ਨਰਕ ਪਾਇਆ ਪ੍ਰਧਾਨਾਂ ਤੇ ਸਕੱਤਰਾਂ ਨੇ, ਪਤਾ ਜੇ ਕਥਾ ਕਰਨ ਤੋਂ ਪਹਿਲਾਂ ਮੈਨੂੰ ਤਾਂ ਨਹੀਂ, ਤੁਹਾਡੇ ਚਰਨ ਸੇਵਕ ਨੂੰ ਕਦੀ ਕਿਸੇ ਨੇ ਸੱਦਿਆ ਕਮਰੇ 'ਚ ਸੱਦ ਦੇ, ਕੌਣ ਬੋਲੋ, ਡਰੋ ਨਾ। ਪ੍ਰਧਾਨ ਤੇ ਸਕੱਤਰ ਕਮਰੇ 'ਚ ਸੱਦੇ, ਕਹਿੰਦੇ ਭਾਈ ਸਾਹਿਬ ਜੀ ਬਾਹਰਲੇ ਦੇਸ਼ ਆਇਓ, ਤੁਹਾਨੂੰ ਇੱਥੋਂ ਦੇ ਅਸੂਲਾਂ ਦਾ ਨਹੀਂ ਪਤਾ। ਇੱਕ ਤੇ ਇਹ ਨਹੀਂ ਕਹਿਣਾ ਵੀ ਸ਼ਰਾਬ ਨਹੀਂ ਪੀਣੀ, ਕਮਾਲ ਦੀ ਗੱਲ, ਆਹ ਉਪਦੇਸ਼ ਦੇਣ ਦਾ। ਜੋ ਉਪਦੇਸ਼ ਮੈਂ ਦੇਣਾ ਸੀ ਉਹ ਕਥਾਵਾਚਕ ਨੂੰ ਪ੍ਰਧਾਨ ਤੇ ਸਕੱਤਰ ਦੇ ਰਹੇ। ਇੱਕ ਤੇ ਸ਼ਰਾਬ ਨਹੀਂ ਪੀਣੀ, ਇੱਕ ਕੇਸਾਂ ਬਾਰੇ ਨਹੀਂ ਕੁਛ ਬੋਲਣਾ, ਇੱਕ ਇਤਨਾ ਦੀ ਗੱਲ ਨਹੀਂ ਕਰਨੀ, ਇੱਕ ਇਤਨਾ ਦੀ ਗੱਲ, ਕਮਾਲ ਦੀ ਗੱਲ ਆ। ਕਥਾ ਕਰਨ ਵਾਲੇ ਨੂੰ ਤੁਸੀਂ ਗਾਈਡ ਕਰੋਗੇ, ਕਥਾ ਕਰਨ ਵਾਲੇ ਨੇ ਤੁਹਾਨੂੰ ਗਾਈਡ ਕਰਨਾ ਸੀ ਵੀ ਭਾਈ ਸ਼ਰਾਬ ਪੀਣੀ ਮਾਂ ਪਾ ਪਿਆ, ਇਹ ਤੇ ਕੁੱਤਾ ਨਹੀਂ ਪੀਂਦਾ, ਇਹਨੂੰ ਆਖੋ ਵਾਹਿਗੁਰੂ। ਸ਼ਰਾਬ ਇੱਕ ਐਸੀ ਮਾੜੀ ਚੀਜ਼ ਆ, ਕੁੱਤੇ ਅੱਗੇ ਰੱਖ ਦਿਓ ਠੂਲਾ ਭਰ ਕੇ, ਕੁੱਤਾ ਨਹੀਂ ਪੀਊਗਾ। ਸੂਰ ਅੱਗੇ ਰੱਖ ਦਿਓ, ਸੂਰ ਨਹੀਂ ਪੀਊਗਾ। ਬੰਦਾ ਕਿੰਨਾ ਗਰਕ ਗਿਆ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ, ਮਨ ਮੈਂ ਸਹੇ ਆਪਸ ਕੋ ਕਰ, ਫਿਰ ਹਰ ਹਰ ਨਾਮ ਰਿਧੇ ਸਿਆਵੇ। ਮਨ ਵੇਚੇ ਆਪਣੇ ਮਨ ਨੂੰ ਕਿਹਦੇ ਅੱਗੇ ਵੇਚ ਦੇਵੇ, ਤੇ ਸੇਵਕ ਕੇ। ਇੱਕ ਸ਼ਬਦ ਹੋਰ ਬਰੀਕੀ ਆਇਆ, ਸੇਵਾ ਕਰਤ ਹੋਏ ਨੇਕਾਮੀ। ਹਾਂਜੀ, ਕਾਮਨਾ ਤੋਂ ਰਹਿਤ, ਜਿਹਨੇ ਜੋੜੇ ਝਾੜੇ ਉਹਨੇ ਕਿਹਾ ਮੇਰਾ ਬੱਚਾ ਆ ਜਾਏ ਕਨੇਡਾ ਪਹੁੰਚ ਜਾਏ, ਇਹ ਨਿਕਾਮੀ ਨਹੀਂ। ਜਿਹਨੇ ਭਾਂਡੇ ਮਾਂਜੇ ਉਹਨੇ ਕਿਹਾ ਮੇਰਾ ਸਾਰਾ ਟੱਬਰ ਇੱਥੇ ਪੱਕਾ ਹੋ ਜਾਏ, ਇਹ ਨਿਕਾਮੀ ਨਹੀਂ। ਤੁਹਾਡੇ ਬੱਚੇ ਤੇ ਪੱਕੇ ਹੋ ਜਾਣਗੇ, ਇਹਦੇ ਵਿੱਚ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਬੱਚੇ ਪੱਕੇ ਹੋ ਜਾਣਗੇ, ਮਗਰ ਨਿਸ਼ਾਨੇ ਤੋਂ ਤੀਰ ਕਿਤੇ ਉਡਕ ਗਿਆ। ਨਿਸ਼ਾਨੇ ਦਾ ਤੀਰ ਇਹ ਸੀ ਨਾ ਜੀ, ਇਹ ਤੇ ਹੋਰ ਵੀ ਰਾਹ ਹੈਗੇ ਨੇ ਬੱਚੇ ਪੱਕੇ ਕਰਾਉਣ ਦੇ। ਆਖੋ ਵਾਹਿਗੁਰੂ। ਇੱਕ ਰਾਹ ਹੋਰ ਆ ਜਿਹੜਾ ਕਿਸੇ ਕੋਲ ਨਹੀਂ, ਉਹ ਆ ਵੀ ਰੱਬ ਦੀ ਪ੍ਰਾਪਤੀ, ਜਿਸ ਕੋ ਹੋਤ ਪ੍ਰਾਪਤ ਸਵਾਮੀ, ਵਾਹਿਗੁਰੂ ਪਰਮੇਸ਼ਵਰ ਦੀ ਨਿੱਜ ਸਰੂਪ ਦੀ ਪ੍ਰਾਪਤੀ ਹੋਣੀ। ਸੇਵਾ ਕਰਦਿਆਂ ਕਰਦਿਆਂ ਬੰਦਾ ਜੋੜੇ ਝਾੜਦਿਆਂ ਭਾਂਡੇ ਮਾਂਜਦਿਆਂ, ਤੇ ਉਹ ਕੀ ਮੈਂ ਆਖਣਾ ਚਾਹੁੰਦਾ, ਕਾਮਨਾ ਤੋਂ ਰਹਿਤ ਹੋਵੇ, ਕੋਈ ਭਾਵਨਾ ਨਾ ਹੋਵੇ। ਬਾਣੀ ਪੜ੍ਹੀ, ਕੋਈ ਭਾਵਨਾ ਨਹੀਂ। ਯੂਟਿਊਬ ਭਰੀ ਨਾ ਸਾਰੀ, ਵੇਖੋ ਜਰਾ
ਯੂਟਿਊਬ ਵੇਂਦੇ ਹੀ ਹੋਗੇ ਅਖ ਵਾਹਿਗੁਰੂ ਕੀ ਭਰਿਆ ਹੈ, ਜੇ ਪੰਜ ਪਾਠ ਕਰੋਗੇ ਤੇ ਆਹ ਕੁਝ ਮਿਲੂ, ਜੇ ਸੁਖਮਨੀ ਸਾਹਿਬ ਪੜੋਗੇ ਤੇ ਆਹ ਕੁਝ ਮਿਲੂ, ਤੇ ਮਿਲੂ ਵੀ ਕੀ ਪੈਸਾ? ਕਮਾਲ ਦੀ ਗੱਲ ਆ, ਸੁਖਮਨੀ ਦੀ ਕੀਮਤ ਪੈਸਾ? ਅਖ ਵਾਹਿਗੁਰੂ ਜਿਸ ਪੈਸੇ ਦੇ ਬਾਰੇ ਸੰਗ ਨਾ ਚਾਲਸ ਤੇਰੇ ਧਨਾ, ਸੁਖਮਨੀ ਸਾਹਿਬ ਕਹਿ ਰਹੀ, ਕੀ ਕਹਿ ਰਹੀ? ਤੂੰ ਕਿਆ ਲਪਟਾਵੇ ਮੂਰਖ ਮਨਾ, ਜਿਹਦੇ ਬਾਰੇ ਉਹ ਕਾਂਟੇ ਮਾਰ ਰਿਹਾ ਵੀ ਬੰਦਿਆ ਕਿਤੇ ਇਹਦੇ ਵਿੱਚ ਨਾ ਉਲਝ ਕੇ ਰਹਿ ਨੀ, ਕਾਹਦੇ ਚ? ਮਾਇਆ ਚ। ਜਿਹਦੇ ਬਾਰੇ ਮੇਰਾ ਮਾਲਕ ਬੜੇ ਆਨੰਦ ਚ ਆਣ ਕੇ ਬੋਲ ਰਿਹਾ, ਸਾਥ ਨਾ ਚੱਲੇ ਬਿਨ ਭਜਨ, ਇਹ ਵਿਖਿਆ ਵਿਖਿਆ ਬਣੇ ਮਾਇਆ, ਵਿਖਿਆ ਵਿਖਿਆ ਦਾ ਮਤਲਬ ਮਾਇਆ ਵੀ ਲਿਖਿਆ, ਇਹ ਸਾਰਾ ਕੁਝ ਕੀ ਹੈ? ਸਵਾਹ ਹੈ। ਤੇ ਕਮਾਲ ਦੀ ਗੱਲ, ਅੱਜ ਦੇ ਲੋਕਾਂ ਦਾ ਪੂਰਾ ਧੰਦਾ ਚੱਲਣ ਡਿਆ ਇਸ ਗੱਲ ਦੇ ਉੱਤੇ, ਯੂਟਿਊਬ ਤੇ ਪਾ ਦਿੰਦੇ ਆ, ਲਓ ਆਹ ਕੰਮ ਕਰਕੇ ਵੇਖੋ, ਇੰਨੇ ਪਾਠ ਕਰਕੇ ਵੇਖ ਲਓ, ਤੁਹਾਡੇ ਘਰ ਪੈਸੇ ਹੀ ਪੈਸੇ ਆ ਜਾਣਗੇ। ਪੈਸੇ ਦੇ ਭੁੱਖੇ ਬੰਦੇ ਫਿਰ ਲੱਖਾਂ ਲੋਕ ਖੋਲ੍ਹ ਲੈਂਦੇ ਨੇ ਤੇ ਕਹਿੰਦੇ ਬਾਬਾ ਜੀ ਦੇ ਕਹਿਣ ਤੇ ਹੁਣ ਅੱਜ ਤੋਂ ਗੁਰੂ ਦੀ ਅਰਾਧਨਾ ਕਰਾਂਗੇ, ਸਾਡੇ ਘਰ ਪੈਸੇ ਆਉਣਗੇ। ਮੇਰੀ ਹੱਥ ਜੋੜ ਕੇ ਬੇਨਤੀ, ਤੁਸੀਂ ਸੁਣ ਰਹੇ ਹੋ, ਮੇਰੀ ਹੱਥ ਜੋੜ ਕੇ ਬੇਨਤੀ ਆ, ਸੁਖਮਨੀ ਦਾ ਮੁੱਲ ਪੈਸਾ ਨਹੀਂ, ਪੈਸਾ ਤਾਂ ਉਹਨਾਂ ਲੋਕਾਂ ਕੋਲ ਵੀ ਬਹੁਤ ਆ ਜਿਨ੍ਹਾਂ ਦਾ ਕਰੈਕਟਰ ਗਿਰਿਆ ਹੈ, ਬੇਈਮਾਨਾਂ ਕੋਲ ਵੀ ਬਹੁਤ ਆ। ਇੱਕ ਬਾਣੀ ਪੜਨ ਵਾਲੇ ਧਰਮੀ ਪੁਰਸ਼ ਕੋਲ ਵੀ ਪੈਸਾ ਹੋਵੇ ਤੇ ਇੱਕ ਕਰੈਕਟਰ ਤੋਂ ਗਿਰੇ ਦੇ ਕੋਲ ਵੀ ਪੈਸਾ ਹੋਵੇ, ਤੁਸੀਂ ਇਸ ਕਰਕੇ ਸੁਖਮਨੀ ਸਾਹਿਬ ਨਾ ਪੜੋ, ਇਸ ਕਰਕੇ ਜਿਸ ਮਨ ਬੱਸੇ ਸੁਣੇ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਜਨਮ ਮਰਨ ਤਾਕਾ ਦੁਖ ਨਿਵਾਰੇ, ਐਸ ਕਰਕੇ ਪੜੋ, ਜੰਮਣ ਮਰਨ ਦਾ ਰੋਗ ਮਿਟ ਜਾਏ, ਦੁਲੱਭ ਦੇ ਤਤਕਾਲ ਉਧਾਰੇ, ਨਿਰਮਲ ਸ਼ੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਾਏ ਦੁਖ ਰੋਗ ਬਿਨਸੇ, ਐਸ ਕਰਕੇ ਪੜੋ ਕਿ ਸਾਡੇ ਦੁੱਖ ਰੋਗ ਭੈ ਸਾਰੇ ਖਤਮ ਹੋ ਜਾਣ, ਦੁਖ ਰੋਗ ਬਿਨਸੇ ਭੈ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ। ਅੱਜ ਮੈਨੂੰ ਲੋਕੀ ਲਖਵੀਰ ਸਿੰਘ ਕਹਿੰਦੇ, ਮਹਾਰਾਜ ਮੈਂ ਇਸ ਕਰਕੇ ਸੁਖਮਨੀ ਸਾਹਿਬ ਪੜਾਂ ਵੀ ਕਹਿੰਦਿਆਂ ਕਹਿੰਦਿਆਂ ਇਹ ਲੋਕ ਮੈਨੂੰ ਆਖਣ ਲਖਵੀਰ ਸਿੰਘ ਦੇ ਵਿੱਚੋਂ ਸਾਧੂ ਦੇ ਦਰਸ਼ਨ ਹੋਣ ਲੱਗ ਪਏ। ਇਸ ਕਰਕੇ ਬਾਣੀ ਪੜੋ, ਪੈਸੇ ਕਰਕੇ ਨਾ ਪੜੋ, ਸਮਝ ਲਓ ਜੀ, ਤੁਹਾਡੀ ਜੀਵਨ ਦਾ ਸੁਖਮਨੀ ਸਾਹਿਬ ਪੜਨ ਦਾ, ਜਪਜੀ ਸਾਹਿਬ ਦਾ ਟਾਰਗੇਟ ਪੈਸਾ ਨਾ ਹੋਵੇ, ਇਹ ਹੋਵੇ ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਊਚ ਸੋਭਾ ਜਾਕੀ ਨੀ ਤਾਕੀ, ਤਾਕੀ ਸ਼ੋਭਾ ਬਣੀ ਨਾਨਕ, ਇਹ ਗੁਣ ਵਿੱਚੋਂ ਪੈਦਾ ਕੱਢੀਏ ਵੀ ਸਭ ਤੋਂ ਉੱਚੇ ਸੋਭਾ ਹੋ ਜੇ। ਸਤਿਗੁਰ ਪਾਤਸ਼ਾਹ ਜੀ ਕਹਿੰਦੇ, ਤਿਸ ਕੋ ਹੋਤ ਪ੍ਰਾਪਤ ਸੁਆਮਣੀ, ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮੱਤ ਲੇ। ਇਸ ਤਰ੍ਹਾਂ ਲਿਖਿਆ ਜੀ, ਜਿੱਤੇ ਕਿਰਪਾ ਕਰਦਾ ਉਹ। ਇਸ ਵੇਲੇ ਤੁਸੀਂ ਕੀ ਸੁਣਿਆ? ਗੁਰੂ ਦੀ ਮੱਤ ਨੂੰ ਸੁਣਿਆ। ਤੁਸੀਂ ਕਿੰਨੀ ਅਹਿਮੀਅਤ ਦਿੰਦੇ ਹੋ, ਜੇ ਵਿੱਚ ਛੋੜ ਰਿਹਾ ਤੇ ਫਿਰ ਤੇ ਸੁਣਿਆ ਹੀ ਨਹੀਂ ਗਿਆ, ਸੰਭਾਲੋਗੇ ਕੀ? ਜੇ ਇਕਾਗਰ ਚਿੱਤ ਹੋ ਕੇ ਸੁਣਿਆ, ਜੇ ਕੋਈ ਇੱਕ ਬੂੰਦ ਦਾ ਅੱਜ ਪਤਾ ਲੱਗ ਗਿਆ ਵੀ ਮੈਂ ਯੂਟਿਊਬ ਵਿੱਚੋਂ ਇਹ ਨਹੀਂ ਲੱਭਣਾ ਵੀ ਬਾਣੀ ਪੜਿਆ ਮਿਲਦਾ ਕੀ ਆ, ਜੇ ਤੇ ਤੁਸੀਂ ਇੱਥੋਂ ਤੱਕ ਪਹੁੰਚ ਗਏ ਤੇ ਅੱਗੇ ਬਾਂਹ ਫੜ ਲੂਗਾ, ਅੱਗੇ ਤੇ ਅਜੇ ਤੇ ਉੱਥੋਂ ਤੱਕ ਗਏ ਹੀ ਨਹੀਂ, ਅਜੇ ਤੇ ਬਾਣੀ ਦੇ ਵਿੱਚੋਂ ਮੈਂ ਅੱਧਾ ਘੰਟਾ ਤੁਹਾਡੇ ਨਵੇਂ ਤੇ ਸੁਖਮਨੀ ਸਾਹਿਬ ਪੜਿਆ, ਹੁਣ ਤੁਸੀਂ ਮੇਰੇ ਘਰ ਦੇ ਸਾਰੇ ਜੀ ਪੱਕੇ ਕਰ ਦਿਓ, ਮੇਰੇ ਘਰ ਵਿੱਚ ਸੁੱਖ ਆ ਜਾਏ, ਸ਼ਾਂਤੀ ਆ ਜਾਏ, ਕੁਛ ਨਾ ਮੰਗਣਾ, ਕੇਵਲ ਕਹਿਣਾ ਪੜੀ ਆ ਤੇ ਸਵਾਮੀ ਦੀ ਪ੍ਰਾਪਤੀ ਲਈ ਪੜੀ, ਸਵਾਮੀ ਦੀ ਤੇ ਸਵਾਮੀ ਦੀ ਪ੍ਰਾਪਤੀ ਹੋ ਜੂਗੀ। ਸਤਿਗੁਰੂ ਕਿਰਪਾ ਕਰੇ, ਕੱਲ
ਅਗਲੇ ਪਦੇ ਦੀ ਵਿਚਾਰ ਕਰਾਂਗੇ। ਮੇਰਾ ਸਾਹਿਬ ਕਿਰਪਾ ਕਰੇ ਮੇਰੇ ਵੀਰੋ, ਦੇਰ ਤੇ ਬੜੀ ਹੋ ਗਈ, ਹੋਈ ਕਿ ਨਹੀਂ ਬੋਲੋ ਨਾ। ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ, ਨੌਜਵਾਨਾਂ ਕਾਲੀ ਪੱਗ ਵਾਲਿਆ, ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸਮਝ ਰਹੇ ਹੋ, ਦੇਰ ਤੇ ਬਹੁਤ ਹੋ ਗਈ। ਤਾਲੋਂ ਕੁੱਥੀ ਡੂਮਣੀ ਬੋਲੇ ਆਲ ਪਤਾਲ, ਅਸੀਂ ਤਾਲ ਤੋਂ ਕੁੱਥ ਚੁੱਕੇ ਹਾਂ। ਸੱਚੀ ਮੁੱਚੀ ਜਿਹੜੀ ਲੈਨ ਸੀ ਨਾ ਸਾਡੀ ਗੁਰਬਾਣੀ ਦੀ, ਤੁਸੀਂ ਸਮਝਦੇ ਹੋ ਜਿਹੜੀ ਲੈਨ ਸੀ ਵੀ ਗੁਰਬਾਣੀ ਪੜ੍ਹ ਕੇ ਕੀ ਬਣੀਦਾ ਹੈ, ਗੁਰਬਾਣੀ ਪੜ੍ਹ ਕੇ ਭਾਈ ਤਾਰੂ ਸਿੰਘ ਬਣੀਦਾ ਹੈ, ਗੁਰਬਾਣੀ ਪੜ੍ਹ ਕੇ ਭਾਈ ਮਨੀ ਸਿੰਘ ਬਣੀਦਾ ਹੈ, ਅਸੀਂ ਕਿਧਰ ਨੂੰ ਚਲੇ ਗਏ। ਗੁਰੂ ਕਿਰਪਾ ਕਰੇ ਸਾਰਿਆਂ ਨੂੰ ਸਮਤ ਬਖਸ਼ੇ, ਆਪਾਂ ਬਾਣੀ ਪੜ੍ਹੀਏ ਅਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਰੰਗ ਲਾਗਤ 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 ਹੈ ਪਰਮ ਭਾਗਤ ਭਾਗਤ ਅਤੇ ਮਨ ਜਾਗਤ ਜਾਗਤ ਜਾਗਦਾ ਜਾਗਦਾ ਮਨ ਜਾਗ ਉੱਠਦਾ ਹੈ ਪਰਮ ਭੱਜ ਜਾਂਦਾ ਹੈ ਰੰਗ ਲੱਗਦਾ ਲੱਗਦਾ ਲੱਗ ਜਾਂਦਾ। ਸਾਰੇ ਮੇਰੇ ਭੈਣ ਭਰਾ ਜਿਹੜੇ ਦੋ ਦਿਨ ਬਾਕੀ ਰਹਿ ਗਏ ਨੇ, ਆਖੋ ਵਾਹਿਗੁਰੂ। ਰਾਤੀ ਗੁਰਮੁਖਾਂ ਪਿਆਰਿਆਂ ਕੋਲੋਂ ਕਿਹਾ ਗਿਆ ਸੀ ਵੀ ਦੋ ਦਿਨ, ਹਾਲੀ ਕੱਲ੍ਹ ਦਾ ਅਤੇ ਪਰਸੋਂ ਦਾ ਦਿਨ ਸਤਿਗੁਰੂ ਦੀ ਕਿਰਪਾ ਨਾਲ ਹੋ ਰਹੇਗਾ ਹੈ। ਜੇ ਤੁਹਾਡੀ ਰੂਹ ਨੂੰ ਕਿਤੇ ਇੱਕ ਖਿਣ ਮਾਤਰ ਕੀੜੀ ਵੇਖੀ, ਕੀੜੀ ਕੀੜੀ ਨੂੰ ਪਤਾ ਲੱਗ ਜੇ ਕਿ ਵੀ ਕੋਠੇ 'ਤੇ ਖੰਡ ਦੇ ਦਾਣੇ ਪਏ, ਕੋਠੇ 'ਤੇ ਉਹ ਚੜ੍ਹ ਜੇ ਅਤੇ ਕੱਲੀ ਖਾਂਦੀ, ਦੋ ਮਿੰਟ ਬਾਅਦ ਵੇਖਦਿਆਂ ਵੇਖਦਿਆਂ ਉੱਥੇ ਕੀੜੀਆਂ ਦੀਆਂ, ਆਖਰ 'ਤੇ ਕਿਸੇ ਕੀੜੀ ਨੇ ਕਿਸੇ ਨੂੰ ਮੈਸੇਜ ਦਿੱਤਾ ਹੀ ਹੈ ਨਾ ਵੀ ਇੱਥੇ ਖੰਡਿਆ। ਅਤੇ ਜੇ ਤੁਹਾਡੀ ਰੂਹ ਨੂੰ ਕਿਤੇ ਮਿੱਠਾ ਕੁਛ ਲੱਗਾ ਹੈ ਪਾਣੀ 'ਚੋਂ, ਅਤੇ ਕੱਲ੍ਹ ਨੂੰ ਆਪਣੀਆਂ ਸਹੇਲੀਆਂ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ ਕਹਿਣਾ ਸਮਾਂ ਕੱਢੋ, ਦੋ ਦਿਨ ਕੇਵਲ ਗੁਰੂ ਦੀ ਗੱਲ ਸੁਣੀ ਹੈ। ਆਹ ਵੇਖਿਓ, ਇੰਨੀ ਕਥਾ ਦੇ ਵਿੱਚ ਆਪਾਂ ਕਿਸੇ ਬੰਦੇ ਦਾ ਨਾਂ ਨਹੀਂ ਲਿਆ, ਕੇਵਲ ਸ਼ਬਦ ਵਿੱਚ ਹੀ ਡੁੱਬੇ ਹਾਂ, ਸ਼ਬਦ ਦੀ ਵਿਚਾਰ ਕੀਤੀ ਹੈ। ਆਪ ਜੀ ਸਾਰੇ ਆਓ, ਹੋਰਨਾਂ ਨੂੰ ਪ੍ਰੇਰ ਕੇ ਲਿਆਓ। ਸਤਿਗੁਰ ਭਲਾ ਕਰੂਗਾ, ਸਭ ਤੋਂ ਵੱਡਾ ਪੁੰਨਿਆ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਕਿਹੜੇ ਦੀ ਜੀ, ਜੋ ਆਪ ਜਪੇ ਤੇ ਅਵਰਾ। ਆਪ ਗੁਰਦੁਆਰੇ ਆਉਣਾ ਤੇ ਕਿਸੇ ਨੂੰ ਪ੍ਰੇਰ ਕੇ ਲਿਆਉਣਾ, ਉਸੇ ਥਿਊਰੀ ਦੇ ਵਚਨ ਨੇ। ਆਪ ਪ੍ਰੇਰ ਕੇ ਲਿਆਇਓ ਹੋਰਨਾਂ ਨੂੰ ਵੀ, ਸਤਿਗੁਰ ਤੁਹਾਡਾ ਭਲਾ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।